ਸਾਧੂ ਦੀ ਮਹਿਮਾ ਵੇਦ ਨਾ ਜਾਣੇ ਵੀ ਤਦ ਵਿੱਚ ਰਿਸ਼ੀਆਂ ਨੇ ਇੰਨੀਆਂ ਵੱਡੀਆਂ ਗੱਲਾਂ ਲਿਖੀਆਂ ਨੇ ਵੇਦ ਕਿਉਂ ਨਹੀਂ ਜਾਣ ਸਕਦਾ ਕਿ ਉਹ ਸੰਤ ਦੇਵਾ ਸਿੰਘ ਉਹਨਾਂ ਦੇ ਕੋਲ ਆ ਗਏ ਕਹਿੰਦੇ ਮਹਾਰਾਜ ਤੁਸੀਂ ਮਹਾਂਪੁਰਖ ਹੋ ਕਹਿੰਦੇ ਦੱਸੋ ਕਹਿੰਦੇ ਆਹ ਗੁਰੂ ਅਰਜਨ ਸਾਹਿਬ ਜੀ ਨੇ ਵਚਨ ਲਿਖਿਆ ਹੈ ਕਹਿੰਦੇ ਇਹ ਕਿਵੇਂ ਸੱਚ ਹੋ ਗਏ ਕਿਵੇਂ ਮੰਨੀਏ ਸਾਧੂ ਦੀ ਮਹਿਮਾ ਵੇਦ ਨਾ ਜਾਣੇ ਸਾਧੂ ਦੀ ਮਹਿਮਾ ਨੂੰ ਵੇਦ ਕਿਵੇਂ ਨਹੀਂ ਜਾਣ ਸਕਦਾ ਸੱਤ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਨੇ ਜੋ ਕੁਛ ਲਿਖਿਆ ਉਹਨਾਂ ਨੂੰ ਕੋਈ ਮਾਈ ਦਾ ਦਾਤ ਲਾਲ ਕਹਿਣਾ ਟਾਲ ਨਹੀਂ ਸਕਦਾ ਜੋ ਸੱਚ ਲਿਖਤਾ ਸੂਰਜ ਚੰਦਰਮਾ ਖਤਮ ਹੋ ਜਾਣ ਧਰਤੀ ਬਿਨਸ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਦਾ ਬੋਲ ਵੀ ਟਲ ਸਕਦਾ ਕਹਿੰਦਾ ਜੀ ਮੇਰੇ ਸਾਨੂੰ ਤੁਹਾਨੂੰ ਪਤਾ ਲੱਗੇ ਕਹਿੰਦੇ ਉਹ ਦੱਸ ਹੁਣ ਤੂੰ ਵੇਦ ਪੜ੍ਹ ਸਕਦੇ ਨਾ ਪੜ੍ਹਿਆ ਹੋਇਆ ਕਹਿੰਦਾ ਹਾਂਜੀ 4 ਵਜੇ ਤੇਰੇ ਪੜ੍ਹੇ ਹੋਏ ਕਹਿੰਦੇ 4 ਵਜੇ ਤੇਰੇ ਪੜ੍ਹੇ ਹੋਏ ਨਹੀਂ ਆਉਂਦਾ ਸੀ ਕੱਲ੍ਹ ਨੂੰ ਅੰਮ੍ਰਿਤਸਰ ਦੇ ਵਿੱਚ ਕੀ ਹੋ ਕਹਿੰਦੇ ਜੀ ਇਹ ਤਾਂ ਪਤਾ ਹੀ ਨਹੀਂ ਹੈ ਜੇ ਤੂੰ ਵੇਦਾਂ ਦੀ ਗੱਲ ਕਰਦਾ ਹੈ ਤੂੰ ਕਹਿੰਦਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਬਾਣੀ ਸੱਚੀ ਕਿਵੇਂ ਹੋਵੇ ਦੱਸ ਹੁਣ ਗੁਰੂ ਅਰਜਨ ਸਾਹਿਬ ਨੇ ਇਹ ਲਿਖਿਆ ਹੈ ਵੀ ਸਾਧ ਕੀ ਮਹਿਮਾ ਵੇਦ ਨਾ ਜਾਂਦੇ ਉਹਨਾਂ ਨੇ ਸੱਚ ਲਿਖਿਆ ਤੂੰ ਦੱਸ ਵੇਦ ਪੜ੍ਹ ਕੇ ਵੀ ਕੱਲ੍ਹ ਨੂੰ ਅੰਮ੍ਰਿਤਸਰ ਦੇ ਵਿੱਚ ਕੀ ਹੋਊ ਕਹਿੰਦਾ ਜੀ ਇਹ ਤਾਂ ਪਤਾ ਸੀ ਕਹਿੰਦੇ ਲੈ ਸੁਣ ਫਿਰ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਹਿਰਦੇ ਅੰਦਰ ਵਸਾਉਂਦੇ ਹਾਂ ਉਹ ਕਿਰਪਾ ਕਰਦੇ ਨੇ ਪਿਆਰ ਕਰਦੇ ਨੇ ਕੱਲ੍ਹ ਨੂੰ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਭੁਚਾਲਦੇ ਝਟਕੇ ਜਦੋਂ ਵੇਲਾ ਆਇਆ ਅੰਮ੍ਰਿਤਸਰ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਪੰਡਤ ਨੇ ਆ ਕੇ ਪਹਿਲਾਂ ਤਾਂ ਸਾਧੂ ਦੇ ਚਰਨਾਂ ਦੇ ਨਮਸਕਾਰ ਕੀਤੀ ਫਿਰ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਗਿਆ ਗੁਰੂ ਅਰਜਨ ਦੇਵ ਚਰਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਖੜ੍ਹੇ ਹੋ ਕੇ ਅਰਦਾਸ ਕੀਤੀ ਕਿ ਸਤਿਗੁਰੂ ਜੀ ਤੇਰੇ ਬੋਲ ਅਟਲ ਹਨ ਸੂਰਜ ਚੰਦਰਮਾ ਨੂੰ ਵੀ ਅਟਲ ਹਨ ਮੇਰੇ ਸੇਵਾ ਕਰ ਦੇ ਕਿ ਵੇਦ ਔਰ ਗ੍ਰੰਥ ਤੇਰਾ ਦਿਨ ਪਾਸ ਐਸਾ ਸਾਧੂ ਦਾ ਜੀਵਨ ਹੁੰਦਾ ਇਹ ਸਾਧੂ ਹੈ ਜਿਹੜਾ ਬੜਾ ਪਵਿੱਤਰ ਜੀਵਨ ਜਿਹੜਾ ਸਾਧ ਹੁੰਦਾ ਸਾਧਨ ਜਦੋਂ ਉੱਚ ਪਦ ਨੂੰ ਪ੍ਰਾਪਤ ਹੋ ਜਾਂਦਾ ਉੱਚ ਗਤੀ ਨੂੰ ਪ੍ਰਾਪਤ ਹੋ ਜਾਂਦਾ ਉੱਚ ਸੰਗਤੀ ਨੂੰ ਪ੍ਰਾਪਤ ਹੋ ਜਾਂਦਾ ਉਹ ਇਹ ਉਹ ਅਵਸਥਾ ਹੈ ਜਿੱਥੇ ਦੂਜਾਈ ਵੀ ਭੁੱਲ ਜਾਂਦੀ ਜਿੱਥੇ ਮੇਰ ਤੇਰ ਹੁੰਦੀ ਹੀ ਨਹੀਂ ਮਨੁੱਖ ਦੇ ਮਨ ਦੇ ਇਹਨਾਂ ਨੂੰ ਕਹਿੰਦੇ ਨੇ ਇਹਨਾਂ ਦੇ ਹੀ ਮਤਰੇਈ ਮਾਂ ਨੇ ਪਾਲਿਆ ਸੰਤ ਬਾਬਾ ਪ੍ਰੇਮ ਸਿੰਘ ਹੋਣਾ ਅਤੇ ਉਹ ਤੁਸੀਂ ਜਾਣਦੇ ਹੋ ਵੀ ਮਤਰੇਈ ਹੈ ਜਿਹੜੀ ਮਤਰੇਈਆਂ ਦਾ ਹਾਲ ਕੀ ਹੁੰਦਾ ਹੈ ਜੇ ਜਿਹਨਾਂ ਨੇ ਮਤਰੇਆਪਣ ਦੇਖਿਆ ਨਾ ਉਹਨਾਂ ਨੂੰ ਪਤਾ ਵੀ ਮਤਰੇਆਪਣ ਕੈਸਾ ਉਹਨਾਂ ਨੂੰ ਗੱਲ ਕਰਕੇ ਦੇਖੋ ਧਾਰਾ ਮਾਰਮਾ ਰੋਂਦੇ ਜਦੋਂ ਵੀ ਮਤਰੇਈਆਂ ਦਾ ਕਿਹੋ ਸੁਭਾਅ ਹੁੰਦਾ ਇਹਨਾਂ ਨੂੰ ਤਨ ਤੋਂ ਪੜ੍ਹ ਕੇ ਉਹਨੇ ਜਿਹੜੀ ਦੇੜੀ ਹੈ ਨਾ ਆਪਣੇ ਜਿਹੜੀ ਹੁੰਦੀ ਹੈ ਡਿਊਟੀ ਹੁੰਦੀ ਹੈ ਦਰਵਾਜ਼ਿਆਂ ਦੀ ਉੱਥੇ ਬਿਠਾ ਦਿੰਦੇ ਸਨ ਇਹਨਾਂ ਨੂੰ ਮਾਤਾ ਉੱਥੇ ਬੈਠ ਕੇ ਇਸ ਮਹਾਂਪੁਰਖ ਨੇ ਨਾਲੇ ਬੰਦਗੀ ਕਰਦੀ ਨਾਲੇ ਰੋਟੀ ਖਾਣੀ ਉੱਥੇ ਸੁਣਦਾ ਅੱਗੇ ਵੱਡੇ ਹੋ ਗਏ ਜਦੋਂ ਪ੍ਰਕਾਸ਼ ਹੋ ਗਿਆ ਕਰਦੇ ਦੇ ਅੰਦਰ ਸੇਵਾ ਕਰਕੇ ਬਾਣੀ ਪੜ੍ਹ ਕੇ ਤਾਂ ਆਪਣੇ ਘਰ ਦੇ ਵਿੱਚ ਮਿਲਣ ਲੱਗ ਮਾਂ ਨੇ ਦੇਖਿਆ ਮਾਂ ਨੂੰ ਸ਼ਰਮ ਕੀ ਆਈ ਵੀ ਮੈਂ ਮਤਰੇਪਣ ਕਰਕੇ ਇਹਦੇ ਨਾਲ ਕੀ ਹਾਲ ਕੀਤਾ ਮਹਾਰਾਜ ਨੇ ਕੀ ਮਿਹਰ ਕੀਤੀ ਇਹਦੇ 'ਤੇ ਕਿੱਡੀ ਉੱਚੀ ਅਵਸਥਾ 'ਤੇ ਪਹੁੰਚ ਗਿਆ ਘਰ ਸਦਿਆ ਘਰ ਆਏ ਮਹਾਂਪੁਰਖ ਦੇ ਆ ਕੇ ਜਦੋਂ ਦਰਸ਼ਨ ਕੀਤੇ ਮਾਤਾ ਨੇ ਜਿਹੜੀ ਬੈਠਕ ਹੁੰਦੀ ਆ ਆਪਣੇ ਆਏ ਗਏ ਖਤ ਵਧੀਆ ਨਾਮ ਦਾ ਜਿਹੜਾ ਉਹਦੇ ਅੰਦਰ ਨੂੰ ਜਲ ਪਛਾਤਾ ਚਾਦਰ ਪਛਾਤੀ ਕਹਿੰਦੇ ਪੁੱਤਾ ਕੇ ਉੱਥੇ ਬੈਠਾ ਸਾਧੂ ਦੇਖੋ ਕੈਸਾ ਸੁਭਾਅ ਕਹਿੰਦਾ ਨਹੀਂ ਮਾਂ ਮੈਨੂੰ ਤੂੰ ਕੱਲ੍ਹ ਤੋਂ ਛੋਟੇ ਦਿਨ ਪੜ੍ਹ ਕੇ ਉਹ ਥਾਂ 'ਤੇ ਬਿਠਾਉਂਦੀ ਸੀ ਮੈਂ ਉੱਥੇ ਹੀ ਬੈਠਣਾ ਉੱਥੇ ਭੁੰਜੇ ਬਹਿ ਕੇ ਉੱਥੇ ਬੈਠ ਕੇ ਰੋਟੀ ਖਾਂਦੇ ਅਤੇ ਫਿਰ ਇਉਂ ਨਹੀਂ ਸਾਧੂ ਦਾ ਸੁਭਾਅ ਦੇਖੋ ਕੈਸਾ ਹੁੰਦਾ ਇਉਂ ਨਹੀਂ ਕਿਹਾ ਵੀ ਤੂੰ ਮੇਰੇ ਨਾਲ ਮਤਰਿਆ ਆਪਣਾ ਬੜਾ ਸੁਭਾਅ ਕੀਤਾ ਹੈ ਸਭ ਮੇਰੇ ਵਿਵਹਾਰ ਕੀਤਾ ਹੈ ਸਭ ਕੁਛ ਮਨ ਦੇ ਵਿੱਚੋਂ ਨਿਕਲ ਗਿਆ ਹੱਥ ਜੁੜ ਕੇ ਮਾਤਾ ਦੇ ਚਰਨਾਂ 'ਤੇ ਨਮਸਕਾਰ ਕੀਤੀ ਮਾਂ ਤੂੰ ਮੈਨੂੰ ਛੋਟੇ ਹੁੰਦੇ ਨੂੰ ਪਾਲਿਆ ਜੇ ਮੈਨੂੰ ਨਾ ਸਾਂਭਦੀ ਜੇ ਨਾ ਪਾਲਦੀ ਮੈਂ ਇਸ ਅਵਸਥਾ 'ਚ ਕਿਵੇਂ ਪਹੁੰਚਣ ਦਾ ਤੇਰਾ ਸ਼ੁਕਰ ਸਭ ਜ਼ਹਿਰ ਕੀਰਤਾ ਵੀ ਸਾਧੂ ਦੇ ਮਨ ਦੇ ਵਿੱਚ ਨਹੀਂ ਸੋ ਇਹਨਾਂ ਦਾ ਪਵਿੱਤਰ ਜੀਵਨ ਐਸਾ ਹੈ ਆਪਣੇ ਵੋਟਾਂ ਦੇ ਵਿੱਚ ਤੁਸੀਂ ਦੇਖੋ ਕਿ ਵੋਟਾਂ ਦੇ ਵਿੱਚ ਜਿੰਨੇ ਰਾਜਨੀਤੀਵਾਨ ਨੇ ਕੀ ਕੁਛ ਕਰਦਾ ਆਪ ਨੇ ਗੁਰਦੁਆਰਾ ਨਿਕਾ ਲਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਆਪਣੇ ਗੁਰਦੁਆਰੇ ਵਿੱਚ ਆਪਣੇ ਗੁਰਦੁਆਰੇ ਨਹੀਂ ਸਾਰੇ ਗੁਰਦੁਆਰਿਆਂ ਦੇ ਨਾਲ ਦੇਖੋ ਕੀ ਹੁੰਦਾ ਇੱਕ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਬਾਣੀ ਦੇ ਵਿੱਚ
ਸਮਝ ਨਾਲ ਗੱਲਾਂ ਕਰਦਾ ਸਭ ਕੁਝ ਦੇ ਨਾਲ ਆਹ ਬਚੀ ਦੇ ਮਨ ਦੇ ਬਾਰ ਬਾਰ ਯਾਦ ਆ ਜਾਂਦਾ ਰਾਤ ਨੂੰ ਵੀ ਉਹ ਸਿਮਰਨ ਦਾ ਉਸਦਾ ਹੁੰਦਾ ਰਿਹਾ ਮਹਾਰਾਜ ਜੀ ਕਹਿੰਦੇ ਨੇ ਸਤਿਗੁਰ ਤੇ ਜੋ ਮੋਹ ਕਰੇ ਗੁਰ ਕਾ ਧਰਿਆ ਚਿੱਤ ਨਾ ਧਰੇ ਗੁਰ ਕਾ ਧਰਿਆ ਚਿੱਤ ਨਾ ਧਰੇ ਕਰ ਆਚਾਰ ਸੰਭਵ ਬਹੁਤ ਸੱਚੈ ਹਿਰਦੇ ਅੰਦਰ ਵਸਾ ਦੇਣਾ ਗੁਰੂ ਦੀ ਗੱਲ ਨੂੰ ਹਿਰਦੇ ਅੰਦਰ ਵਸਾ ਦੇਣਾ ਗੁਰੂ ਤੋਂ ਮੂੰਹ ਫੇਰ ਕੇ ਰੱਖੇ ਸੰਭਵ ਬਹੁਤ ਸੰਚੈ ਅਨੇਕਾਂ ਕਰਮ ਇਹੋ ਜਿਹੇ ਕਰੇ ਕਿ ਆਪਣਾ ਆਚਾਰ ਹੈ ਦੁਨੀਆਂ ਦੇ ਲੋਕਾਂ ਨੂੰ ਇਹ ਦਿਖਾ ਦੇ ਵੀ ਮੇਰਾ ਜਿਹੜਾ ਉੱਚਾ ਜੀਵਨ ਹੈ ਅਖਬਾਰਾਂ ਦੇ ਵਿੱਚ ਉਹਦਾ ਜੀਵਨ ਆਵੇ ਲੋਕ ਗੱਲਾਂ ਕਰਨ ਵੀ ਬੜਾ ਭਲਾ ਬੰਦਾ ਹੈ ਬੜਾ ਭਲਾ ਬੰਦਾ ਬੜੇ ਚੰਗੇ ਕੰਮ ਕਰਦਾ ਹੈ ਕਰ ਆਚਾਰ ਸੰਭਵ ਬਹੁਤ ਸੰਚੈ ਜੋ ਕੁਛ ਕਰੇ ਸੁਣਾ ਕਰੇ ਦੁਨੀਆਂ ਨੂੰ ਦਿਖਾ ਦੇ ਇਹ ਵੀ ਮੈਂ ਬਹੁਤ ਚੰਗੇ ਕੰਮ ਕਰਦਾ ਹਾਂ ਬੜਾ ਭਲਾ ਮੇਰਾ ਕੰਮ ਹੈ ਤੇ ਧਨੀ ਇੰਨਾ ਹੋ ਜਾਵੇ ਧਨ ਦੌਲਤ ਇੰਨੀ ਇਕੱਠੀ ਕਰ ਲਵੇ ਦੁਨੀਆਂ ਸਤਿਕਾਰ ਕਰੇ ਵੀ ਇੰਨਾ ਧਨ ਦੌਲਤ ਦੇ ਦੇਖੋ ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਇਆ ਕਰਦੇ ਹਨ ਕਿ ਕਰ ਆਚਾਰ ਸੰਭਵ ਬਹੁ ਸੰਚੈ ਜੋ ਕੁਛ ਕਰੈ ਸੁਣਾ ਜੋ ਕੁਛ ਕਰਦਾ ਉਹ ਸਿੱਧਾ ਉਹਨੂੰ ਨਰਕ ਨੂੰ ਲੈ ਕੇ ਜਾਂਦਾ ਹੈ ਦੁਨੀਆਂ ਨੂੰ ਆਪਣਾ ਕਰਮ ਜਿੰਨਾ ਮਰਜ਼ੀ ਭਲਾ ਦਿਖਾਈ ਚੱਲੇ ਜਿੰਨਾ ਮਰਜ਼ੀ ਭਲਾ ਬਣ ਬਣ ਕੇ ਦਿਖਾਵੇ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਵੇ ਪਰ ਅੰਤ ਕੀ ਹੈ ਅੰਤ ਉਹਦਾ ਵਾਸਾ ਨਰਕ ਦੇ ਵਿੱਚ ਕਿਉਂ ਸਤਿਗੁਰ ਤੇਜੋ ਮੋਹ ਪਿਓ ਜਿਹਨੇ ਸਤਿਗੁਰੂ ਤੋਂ ਸਤਿਗੁਰੂ ਦੇ ਬਲ ਪਿੱਠ ਕੀਤੀ ਹੋਈ ਹੈ ਗੁਰ ਕਾ ਕਹਿਆ ਚਿੱਤ ਨਾ ਧਰ ਗੁਰੂ ਦੇ ਕਹੇ ਨੂੰ ਗੁਰੂ ਦੀ ਬਾਣੀ ਅਨੁਸਾਰ ਜਿਉਂਦਾ ਨਹੀਂ ਹੈ ਗੁਰੂ ਦੀ ਬਾਣੀ ਨੂੰ ਜਿਉਂਦਾ ਨਹੀਂ ਹੈ ਤੇ ਜੀਵਨ ਨਹੀਂ ਹੈ ਗੁਰੂ ਵੱਲ ਮੁੱਖ ਨਹੀਂ ਹੈ ਜਿੰਨਾ ਕੁਛ ਮਰਜ਼ੀ ਕਰ ਲਵੇ ਉਹ ਸਾਰਾ ਕੁਝ ਨਰਕਾਂ ਦੇ ਲੈ ਕੇ ਜਾਵੇ ਸਤਿਗੁਰੂ ਜੀ ਬਾਣੀ ਦੇ ਵਿੱਚ ਕਹਿੰਦੇ ਮੈਂ ਇਹ ਦੇਖਦਾ ਵੀ ਸਾਡੀ ਕੌਮ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਝਗੜੇ ਕਿਉਂ ਹੁੰਦੇ ਨੇ ਤੁਸੀਂ ਆਪਣੇ ਚੇਤਾ ਪਾਸੋਂ ਦੀ ਗੱਲ ਸੁਣੀ ਅਕਾਲ ਤਖ਼ਤ ਦੇ ਉੱਤੇ ਸ੍ਰੀ ਸਾਹਿਬਾਂ ਜਿਹੜੀਆਂ ਦੁਸ਼ਮਣਾਂ ਖਾਤਰ ਚੱਲ ਦੁਸ਼ਮਣਾਂ ਖਾਤਰ ਜੋ ਵੀ ਸਿੱਖਦਾ ਚਲਾਉਂਦਾ ਤੇ ਅਕਾਲ ਤਖ਼ਤ ਦੇ ਵਿੱਚ ਆਪਣਾ ਹੀ ਲੜ ਲੜ ਕੇ ਉੱਤੇ ਅਕਾਲ ਤਖ਼ਤ ਦੀ ਪਵਿੱਤਰ ਜਗ੍ਹਾ ਦੇ ਉੱਤੇ ਉੱਥੇ ਕਿਰਪਾਨਾਂ ਚੱਲ ਕੇ ਜ਼ਖਮੀ ਹੋਏ ਉਸ ਥਾਂ ਦੇ ਉੱਤੇ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਮਸਤੂਆਂ ਨੇ ਵਾਲੇ ਸਨ ਜਿਹੜੇ ਨਾ ਇਹਨਾਂ ਨੇ ਇੱਕ ਵਾਰ ਸ੍ਰੀ ਹਰਿਮੰਦਰ ਸਾਹਿਬ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਰਹੀ ਸੀ ਉਸ ਚੋਣ ਦੇ ਵਿੱਚ ਇਹਨਾਂ ਨੇ ਸੱਤ ਤੇਜਾਂ ਸਿੰਘ ਉਹਨਾਂ ਨੂੰ ਭੇਜਿਆ ਜਾ ਕੇ ਪਤਾ ਕਰਕੇ ਆ ਵੀ ਸ਼੍ਰੋਮਣੀ ਕਮੇਟੀ ਕਰਦੀ ਸੀ ਸੋ ਮਤਾ ਪਾਸ ਹੋਏ ਤਾਮੇ ਗੁਰਦੁਆਰੇ ਨੇ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦੀ ਇੰਨੀ ਇੰਨੀ ਜ਼ਮੀਨ ਆ ਉਹਨਾਂ 'ਤੇ ਕਬਜ਼ਾ ਕੀਤਾ ਜਾਂਦਾ ਸੰਤਾਂ ਦੇ ਅੱਖਾਂ 'ਚ ਹੰਝੂ ਅਤੇ ਸ਼੍ਰੀਮਾਨ ਸੰਤ ਬਾਬਾ ਫਤਿਹ ਸਿੰਘ ਜੀ ਨੇ ਉਸ ਵੇਲੇ ਸੰਨ 31 ਦੇ ਵਿੱਚ ਉਹਨਾਂ ਨੇ ਦੇਹ ਛੱਡ ਦਿੱਤੀ ਸੀ ਉਸ ਵੇਲੇ ਉਹਨਾਂ ਨੇ ਇਹ ਵਚਨ ਕਾਇਆ ਸਨ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਇਹ ਛੱਡ ਦੇਣਾ ਚਾਹੀਦਾ ਖਿਆਲ ਹੁਣ ਗੁਰਦੁਆਰਿਆਂ ਜ਼ਮੀਨਾਂ 'ਤੇ ਕਬਜ਼ਾ ਛੱਡ ਦਿਓ ਮਹੰਤਾਂ ਤੋਂ ਤਾਂ ਛੁਡਾ ਲਿਆ ਗੁਰਦੁਆਰੇ ਗੁਰਸਥਾਨ ਜਿਹੜੇ ਤੁਸੀਂ ਕਬਜ਼ੇ ਕਰ ਰਹੇ ਨੇ ਤੁਹਾਤੋਂ ਕੌਣ ਛੁਡਾਊਗਾ ਅਤੇ ਹੁਣ ਜਿਹੜਾ ਇਹ ਕੰਮ ਹੋ ਰਿਹਾ ਹੈ ਮਹਾਰਾਜ ਕਹਿੰਦੇ ਐਸੀ ਦੇਖੀ ਨੇਤਰ ਮੈਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਧਨ ਜੋਗਨਾ ਬਿਨ ਨਾਵੈ ਬਾਲ ਇਹ ਬਾਣੀਆਂ 'ਚ ਵਿਚਾਰਦੇ ਨਹੀਂ ਹਨ ਅਤੇ ਯੂ ਕਹਿੰਦੇ ਨੇ ਐਸੀ ਪੇਖੀ ਨੇਤਰ ਮੈਂ ਪੂਰੇ ਗੁਰਪ੍ਰਸਾਦ ਮੈਂ ਆਪਣੀਆਂ ਅੱਖਾਂ ਨਾਲ ਇਹ ਗੱਲ ਦੇਖ ਲਈ ਹੈ ਪੂਰੇ ਗੁਰੂ ਦੀ ਕਿਰਪਾ ਨਾਲ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਮੈਂ ਅੱਖਾਂ ਨਾਲ ਦੁਨੀਆਂ ਦਾ ਵਿਖਾਰ ਦੇਖ ਲਿਆ ਐਸੀ ਪੇਖੀ ਨੇਤਰ ਮੈਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਜੋਗਨ ਧਨਾ ਬਿਨ ਨਾਵੈ ਬਾਲ ਰਾਜ ਜਿਹਨਾਂ ਰਾਜ ਪ੍ਰਬੰਧ ਹੈ ਦੁਨੀਆਂ ਦਾ ਜਿਹਨਾਂ ਰਾਜ ਪ੍ਰਬੰਧ ਚੱਲਦਾ ਹੈ ਪੋਲੀਟਿਕਸ ਹੈ ਜਿਹੜੀ ਇਹ ਮਿਲਕ ਜ਼ਮੀਨਾਂ ਨੇ ਜਿਹੜੀ ਬੜੇ ਬੜੇ ਜ਼ਮੀਰਦਾਰ ਬੜੇ ਬੜੇ ਜ਼ਮੀਨਾਂ ਦੇ ਮਾਲ ਜੋਬਨ ਜਵਾਨ ਜਿਹੜੀ ਯੂਥ ਪਾਵਰ ਹੈ ਜਵਾਨੀ ਹੈ ਜਿਹੜੀ ਇਹ ਧਨਾ ਅਤੇ ਜਿਹਨਾਂ ਕੋਲ ਧਨ ਬਹੁਤ ਹੈ ਧਨਵਾਨ ਨੇ ਜਿਹੜੇ ਉਹ ਜੇ ਰਾਜ
ਰਾਜਨੀਤੀਵਾਨ ਦੇ ਕੋਲ ਧਰਮ ਨਹੀਂ ਉਹ ਝਗੜੇ ਪੈਦਾ ਕਰੇ, ਜੇ ਜਗੀਰਦਾਰ ਦੇ ਕੋਲ ਧਰਮ ਨਹੀਂ ਉਹ ਲੋਕਾਂ ਨੂੰ ਮਾਰ ਮਾਰ ਜ਼ੁਲਮ ਕਰ ਕਰਕੇ ਤੰਗ ਕਰੇ, ਜੇ ਨੌਜਵਾਨ ਅਵਸਥਾ ਨੌਜਵਾਨ ਦੇ ਕੋਲ ਧਰਮ ਨਹੀਂ ਹੈ ਉਹ ਪਾਪ ਕਰੇ। ਤੁਸੀਂ ਯੂਥ ਦੇਖ ਲਓ, ਅੱਜ ਦਾ ਯੂਥ ਹੈ ਜਿਹੜਾ 76% ਡੇਟਾ ਕੱਢਿਆ ਪੰਜਾਬ ਦਾ, ਆਪਾਂ ਕਹਿੰਦੇ ਵੀ ਸਰਕਾਰਾਂ ਕੰਮ ਕਰਦੀਆਂ, ਸਰਕਾਰਾਂ ਤੁਹਾਡੇ ਮੂੰਹ ਦੇ ਵਿੱਚ ਪਾਉਂਦੀਆਂ ਸ਼ਰਾਬ। ਚੂਹਾ ਜਿਹੜਾ ਹੈ ਉਹ ਆਪ ਪਿੰਜਰੇ ਕੋਲ ਜਾਂਦਾ ਤੇ ਪਿੰਜਰਾ ਚੂਹੇ ਦੇ ਕੋਲ ਆਉਂਦਾ ਹੁੰਦਾ। ਅਸੀਂ ਸਰਕਾਰਾਂ ਨੂੰ ਕਹਿੰਦੇ ਵੀ ਸਰਕਾਰ ਇਹ ਕੰਮ ਕਰਦੀ ਹੈ, ਤੁਹਾਨੂੰ ਬਾਣੀ ਮਹਾਰਾਜ ਨੇ ਦਿੱਤੀ ਹੈ ਉਹਦੇ ਉੱਤੇ ਪਰਦਾ ਪਾ ਕੇ ਤੁਸੀਂ ਬਾਣੀ ਪੜ੍ਹਦੇ ਨਹੀਂ, ਬਾਣੀ ਸੁਣਦੇ ਨਹੀਂ, ਕਿਸੇ ਗੁਰਦੁਆਰੇ ਨਹੀਂ ਜਾਣਾ, ਕਿਸੇ ਸਿੱਖ ਦੀ ਗੱਲ ਨਹੀਂ ਸੁਣਨੀ ਹੈ ਤੇ ਨਸ਼ੇ ਕਰੀ ਜਾਂਦੇ। ਜੇ ਜਵਾਨੀ ਦੇ ਵਿੱਚ ਧਰਮ ਪੱਲੇ ਨਹੀਂ ਹੈ ਤਾਂ ਜਵਾਨੀ ਬਚ ਜਾਵੇ, ਉਹ ਜਵਾਨੀ ਨਹੀਂ ਬਚ ਸਕਦੀ। ਤੁਸੀਂ ਦੇਖ ਲਓ ਵੀ ਹਾਲ ਕੀ ਹੋਇਆ। ਜੋਬਨ ਬਾਬਾ ਜੀ ਕਹਿੰਦੇ ਜੋਬਨ ਜਾਂਦੇ ਨਾ ਡਰਾ, ਬਾਬਾ ਫਰੀਦ ਸਾਹਿਬ ਜੋਬਨ ਜਾਂਦੇ ਨਾ ਡਰਾ, ਜੇ ਸੁਖ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕਮਲਾ। ਜੇ ਜਵਾਨੀ ਜਾਂਦੀ ਹੈ ਚਲੇ ਜਾਵੇ ਔਰ ਵਾਹਿਗੁਰੂ ਦੀ ਪ੍ਰੀਤ ਮੇਰੇ ਹਿਰਦੇ ਦੇ ਅੰਦਰੋਂ, ਵਾਹਿਗੁਰੂ ਦਾ ਪਿਆਰ ਮੇਰੇ ਹਿਰਦੇ ਦੇ ਅੰਦਰੋਂ ਨਾ ਜਾਵੇ। ਜੇ ਪਿਆਰ ਸੁੱਕ ਗਿਆ ਨਾ ਵਾਹਿਗੁਰੂ ਦਾ, ਵਾਹਿਗੁਰੂ ਨੂੰ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਧਰਮ ਨੂੰ ਭੁੱਲ ਗਿਆ, ਸੱਚ ਨੂੰ ਭੁੱਲ ਗਿਆ, ਗੁਰ ਇਤਿਹਾਸ ਨੂੰ ਭੁੱਲ ਗਿਆ, ਸ਼ਹੀਦਾਂ ਨੂੰ ਭੁੱਲ ਗਿਆ, ਤਾਂ ਮਹਾਰਾਜ ਕਹਿੰਦੇ ਤੂੰ ਸੁੱਕ ਜਾਵੇਂ ਨਾ। ਕੀ ਹੋ ਰਿਹਾ ਜਵਾਨ ਅਵਸਥਾ ਨੂੰ, ਜਵਾਨਾਂ ਨੂੰ ਕੀ ਹੋ ਰਿਹਾ? ਜਿਹੜੇ ਜਵਾਨ ਨੂੰ ਦੇਖ ਕੇ, ਪੰਜਾਬ ਦੇ ਜਵਾਨ ਨੂੰ ਦੇਖ ਕੇ ਅਬਦਾਲੀ ਥਰ ਥਰ ਕੰਬਦਾ, ਏਸ਼ੀਆ ਦਾ ਏਡਾ ਵੱਡਾ ਜਰਨੈਲ ਤਰਾ ਖੈਬਰ ਤੋਂ ਪਿੱਛੇ ਡਰਦਾ ਬਣ ਜਾਂਦਾ ਸੀ ਜੇ ਅੱਗੇ ਪੰਜਾਬ ਦਾ ਸਿੱਖ ਖੜਾ। ਜੱਸਾ ਸਿੰਘ ਵਰਗਾ ਕਿਹੋ ਜਿਹਾ ਜਵਾਨ ਸੀ ਜਿਹੜਾ ਸੰਯੋਗ ਨਹੀਂ ਸੀ ਪਹਿਲਾਂ ਤਲਵਾਰ ਹੱਥ ਫੜ ਕੇ, ਹੱਥ 'ਚ ਫੜ ਕੇ ਢਾਲ ਫੜ ਕੇ ਲੜਵਾ ਕਰ ਅਬਦਾਲੀ ਨੂੰ, ਜਿਹੜਾ 5-5 ਲੱਖ ਫੌਜ ਲੈ ਕੇ ਆਉਂਦਾ ਸੀ ਉਹਨੂੰ ਇੱਕ ਲਕਾਰਾ ਬਾਹਰ ਨਾ ਲਾਹੌਰ ਜਾ ਵੜਦਾ। ਅਤੇ ਅੱਜ ਦਾ ਉਹ ਨੌਜਵਾਨ ਨਸ਼ਿਆਂ ਦਾ ਖਾਧਾ ਹੋਇਆ, ਟਰੈਕਟਰ 'ਤੇ ਚੱਲਿਆ ਜਾ ਰਿਹਾ, ਉਹ ਤੋਂ ਇੱਕ ਭਈਆ ਵੀ ਦਾਤਾ ਮਾਰ ਕੇ ਲਾਹ ਹੁੰਦਾ, ਕਹਿੰਦੇ ਸਰਦਾਰ ਜੀ ਆਪਣੇ ਟਰੈਕਟਰ ਚਲਾ। ਕੋਈ ਪੁੱਛਦਾ ਨਹੀਂ ਇਹੋ ਜਿਹਾ ਹਾਲ ਹੋ ਗਿਆ। ਸੋ ਖਾਲਸਾ ਜੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਾਨ ਦਿੱਤਾ ਹੋਇਆ ਸੀ ਕਿ ਤੁਹਾਨੂੰ ਸ਼ੇਰ ਦੀ ਖਾਲ ਦਿੱਤੀ ਹੈ, ਸ਼ੇਰ ਦਾ ਵੇਸ ਦਿੱਤਾ ਹੈ, ਇਹ ਥੋੜ੍ਹਾ ਜਿਹਾ ਇਹਦਾ ਪ੍ਰਭਾਵ ਰਹੂਗਾ। ਜੇ ਸ਼ੇਰ ਵਾਲੇ ਕੰਮ ਨਾ ਕੀਤੇ ਨਾ ਵਾਲਾ ਕੰਮ ਫੁੱਟ ਪਵੇਗੀ ਨਹੀਂ ਪਵੇ। ਸੋ ਰਾਜ ਮਿਲਕ ਜੋਬਨ ਧਨਾ, ਚੌਥਾ ਹੈ ਧਨ, ਜਿਹੜਾ ਧਨ ਹੈ ਪੈਂਦੀਆਂ ਨੇ ਤਾਂ ਸ਼ਰਾਬ ਵਰਤਦੀ। ਸ਼੍ਰੋਮਣੀ ਕਮੇਟੀ ਹੈ ਜਿਹੜੀ
ਸਾਡੀ ਜਿਹੜੀ ਰਿਲੀਜੀਅਸ ਬਾਡੀ ਉਹਦੇ ਵਿੱਚ ਚੁਣਨ ਦੇ ਲਈ ਵੋਟਾਂ ਪਾ ਕੇ ਸ਼ਰਾਬ ਵਰਤਦੀ ਹੈ। ਜਿਹੜੇ ਮੈਂਬਰ ਚੁਣ ਹੁੰਦੇ ਨੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਭਾਈ ਅਮਰੀਕ ਸਿੰਘ ਸੰਤ ਕਰਤਾਰ ਸਿੰਘ ਉਹਨਾਂ ਦੇ ਵੱਡੇ ਲੜਕੇ ਸੀ। ਬਿਆਸ ਵਾਲੇ ਇਲਾਕੇ ਦੇ ਵਿੱਚ ਸੰਤਾਂ ਨੇ ਇੱਕ ਵਾਰ ਕਿਹਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹਨਾਂ ਸਾਰੇ ਜਿਹੜੇ ਜ਼ਿਲ੍ਹੇ ਲੀਡਰ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਸਾਰਿਆਂ ਨੂੰ ਉਮਰਾਂ ਨੰਗਲ ਜਥੇਦਾਰ ਜੀਵਨ ਸਿੰਘ ਉਮਰਾਂ ਨੰਗਲ ਇਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਉਮਰ ਧਾਰੀ ਕਿਉਂ ਵਜੋਂ ਤੇ ਕਹਿੰਦੇ ਸਾਨੂੰ ਮਿਲਦੇ ਕਹਿੰਦੇ ਮੈਂ ਇਹਦੇ ਨਾਲ ਸਾਰੇ ਤੋਂ ਕਿਉਂ ਨਹੀਂ ਤੁਰ ਮਿਲਦੇ ਸਾਰੇ ਅਤੇ ਅਮਰੀਕ ਸਿੰਘ ਚੋਣਾਂ ਦੇ ਵਿੱਚ ਖੜਾ ਤਾ ਭਾਈ ਅਮਰੀਕ ਸਿੰਘ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਰਾਜਨੀਤੀ ਕਿਹੋ ਜਿਹੀ ਬਦਲੀ ਹੁੰਦੀ। ਬਿਆਸ ਇਲਾਕੇ ਦੇ ਵਿੱਚੋਂ ਅਮਰੀਕ ਸਿੰਘ ਨੇ ਜਿੱਤ ਜਾਣਾ ਸੀ, ਉਹਨੂੰ ਹਰਾਉਣ ਦੇ ਲਈ ਇਹਨਾਂ ਰਾਜਨੀਤੀਵਾਨਾਂ ਨੇ ਨਰਕਧਾਰੀਆਂ ਦੇ ਕੋਲ ਗਏ, ਉਹਨਾਂ ਦੀਆਂ ਵੋਟਾਂ ਪਾ ਕੇ ਬਣਾ ਕੇ ਪੁਆਈਆਂ। ਰਾਧਾ ਸੁਆਮੀਆਂ ਦੇ ਡੇਰਿਆਂ 'ਚ ਗਏ, ਉਹਨਾਂ ਦੀਆਂ ਵੋਟਾਂ ਬਣਾ ਕੇ ਉਹ ਪੁਆਈਆਂ। ਜਿੰਨੇ ਪੁੱਠੇ ਕੰਮ ਕਰਨ ਵਾਲੇ ਸੀ ਹਿੰਦੂਆਂ ਦੀਆਂ ਵੋਟਾਂ ਪਾ ਕੇ ਸਿੱਖਾਂ ਦੇ ਵਿੱਚ ਉਹ ਪੁਆਈਆਂ ਅਤੇ ਅਮਰੀਕ ਸਿੰਘ ਨੂੰ ਹਰਾਇਆ। ਇਹ ਰਾਜਨੀਤੀ ਅਤੇ ਸਾਨੂੰ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਨੇ ਵੀ ਤੂੰ ਧਰਮੀ ਬਣ, ਧਰਮੀ ਬਣ। ਜੇ ਧਰਮੀ ਬਣੇਗਾ, ਸੋਚੇਗਾ, ਆਪਣੀ ਸੋਚ ਨੂੰ ਗੁਰੂ ਅਨੁਸਾਰ ਰੱਖੇਗਾ, ਤੇ ਕੌਣ ਰਾਹ ਕਰਦਾ? ਇਸੇ ਕਰਕੇ ਸਾਧੂ ਸਿੱਖਾਂ ਸਿੱਖ ਨੇ ਜਿਹੜੇ ਹਰੇਕ ਥਾਂ 'ਤੇ ਹਾਰ ਖਾਂਦੇ 20,000 ਗਿਣਤੀ ਸਿੱਖਾਂ ਦੀ ਹੈ ਜਿਹਨੇ ਖਾੜਕੂ ਵੇਲੇ ਜਿਹੜੇ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਲੜਦੇ ਨੇ, 20,000 ਨੇ 5,00,000 ਦੀ ਫੌਜ ਲੈ ਕੇ ਅਦਾਲੀ ਆਉਂਦਾ ਸੀ, ਉਹਨਾਂ ਦੀ ਸਫ਼ਾ ਭਲੇੜ ਕੇ 30-40 ਸਾਲਾਂ ਦੇ ਵਿੱਚ ਸਮੁੰਦਰ ਦੇ ਵਿੱਚ ਸੁੱਟ ਦਿੱਤੇ, ਮੁੜ ਕੇ ਉਹਨਾਂ ਦਾ ਆਉਣਾ ਬੰਦ ਕਰ। ਰੰਗਦੇਵ ਦਾ ਕਿੱਡਾ ਵੱਡਾ ਰਾਜ ਹੋਇਆ, ਉਹ ਸਾਰੇ ਦਾ ਸਾਰਾ ਗੁਰੂ ਜੀ ਧਰਮ ਕਰ ਧਰਮ ਰਿਹਾ ਸਹੀ ਨਾ। ਜੇ ਧਰਮ ਪੱਲੇ ਹੈ ਤੇ ਤੁਹਾਡੀ ਜਿੱਤ ਹੈ, ਜੇ ਧਰਮ ਪੱਲੇ ਨਹੀਂ ਹਰੇਕ ਥਾਂ 'ਤੇ ਝਗੜੇ ਦੇ, ਹਰੇਕ ਥਾਂ 'ਤੇ ਝਗੜੇ ਹੋਣਗੇ, ਨਾ ਰਾਜ ਫਿਰ ਰਹਿ ਸਕਦਾ ਹੈ। ਰਾਜ ਮਿਲਕ ਸਿੱਖ ਦਾੜੀਆਂ ਅਗਨੀ ਮੈਂ ਜਲ ਮਹਾਰਾਜ ਕਹਿੰਦੇ। ਰਾਜ ਜਿਹੜਾ ਖੜਦਾ ਹੀ ਹੈ ਧਰਮ ਦੇ ਉੱਤੇ ਖੜਦਾ ਹੈ, ਜੇ ਧਰਮ ਕਾਇਮ ਨਹੀਂ ਹੈ ਤੇ ਰਾਜ ਨਹੀਂ ਕਹਿੰਦਾ। ਜਿੰਨੇ ਸਾਧੂ ਹੁੰਦੇ ਨੇ, ਸਾਧੂ ਜਿਵੇਂ ਬੱਦਲ ਹੁੰਦਾ ਨਾ ਮੀਂਹ ਦਾ, ਮੀਂਹ ਪਾਉਣ ਵਾਲਾ ਸਾਧੂ ਉਵੇਂ ਧਰਤੀ 'ਤੇ ਹੁੰਦੇ ਨੇ। ਮਹਾਰਾਜ ਸਾਧੂਆਂ ਦੇ ਉੱਤੇ ਕਿਰਪਾ ਕਰਦਾ, ਇਹਨਾਂ ਨੂੰ ਧਰਤੀ ਦੇ ਉੱਤੇ ਭੇਜਦਾ ਤਾਂ ਕਿ ਧਰਮ ਦਾ ਮੀਂਹ ਵਸੇ। ਸੋ ਇਹ ਸਾਧੂ ਸ਼੍ਰੀਮਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਇਹੋ ਜਿਹੇ ਹੋਏ ਨੇ, ਪਿੰਡਾਂ ਦੇ ਵਿੱਚ ਇਹਨਾਂ ਨੇ ਪ੍ਰਚਾਰ ਕੀਤਾ, ਸਕੂਲ ਖੋਲ੍ਹੇ, ਕਾਲਜ ਬਣਾਏ, ਗੁਰਦੁਆਰੇ ਬਣਾਏ, ਲੋਕਾਂ ਨੂੰ ਨਾਮ ਦੇ ਨਾਲ ਜੋੜਿਆ। ਅਤੇ ਜਦੋਂ ਦੇਖਿਆ ਵੀ ਰਾਜਨੀਤੀ ਇੰਨੀ ਬਦਲੀ ਹੋ ਗਈ ਹੈ, ਕੋਈ ਅੱਗੇ ਜਿਹੜੇ ਲੀਡਰ ਨੇ ਉਹ ਕੀ ਕਰਦੇ ਫਿਰਦੇ ਨੇ, ਤਾਂ ਆਪ ਅਸੈਂਬਲੀ ਦੇ ਵਿੱਚ ਖੜ੍ਹੇ ਹੋ ਗਏ। ਕੋਈ ਪ੍ਰਚਾਰ ਕਰਨ ਦੀ ਲੋੜ ਨਹੀਂ ਪਈ, ਲੀਡਰ ਦੇ ਕੋਲ ਪੈਸੇ ਮੰਗਦੇ ਨੇ, ਇਹਨਾਂ ਕਿਸੇ ਤੋਂ ਪੈਸਾ ਨਹੀਂ ਮੰਗਿਆ। ਜਦੋਂ ਜਿਹੜੇ ਡੱਬੇ ਦੇ ਵਿੱਚ ਵੋਟਾਂ ਪਾਉਂਦੇ ਸੀ ਨਾ ਲੋਕ, $1 ਦੀ ਨਾਲੇ ਵੋਟ ਪਾਉਣੀ, ਨਾਲੇ $1 ਰੁਪਈਆ ਪਾ ਜਾਣਾ, ₹1 ਪਾ ਜਾਣਾ ਵੋਟ ਵਾਲੇ ਡੱਬੇ ਦੇ ਵਿੱਚ, ਨਾਲੇ ਸੱਤਾਂ ਨੂੰ ਪੈਸੇ ਇਕੱਠੇ ਹੋਏ, ਨਾਲੇ ਵੋਟਾਂ ਨੂੰ। ਇਹ ਸਾਧੂ ਦਾ ਜੀਵਨ। ਸੋ ਇਸ ਕਰਕੇ ਸਾਧੂ ਦਾ ਜੀਵਨ ਕ੍ਰਾਂਤੀਕਾਰੀ ਜੀਵਨ ਹੁੰਦਾ। ਸਤਿਗੁਰੂ ਨੇ ਇਹ ਦਾਨ ਦਿੱਤਾ, ਇਸੇ ਕਰਕੇ ਇਸ ਸੰਗਤ ਦੇ ਵਿੱਚੋਂ ਸਾਧੂਆਂ ਨੇ ਪੈਦਾ ਹੋਣਾ। ਜੇ ਇਸ ਸਥਾਨ ਨੂੰ ਤੁਸੀਂ ਪਵਿੱਤਰ ਨਹੀਂ ਰੱਖੋ ਤਾਂ ਉਹ ਸਾਰਿਆਂ ਨੂੰ ਨਹੀਂ ਲੈ ਵੀ ਕਿਹੜਾ ਬੰਦਾ ਚੰਗਾ ਕਿਹੜਾ ਮਾੜਾ, ਸਾਰੀ ਸੰਗਤ ਨੂੰ ਪਤਾ ਕਿਹੜਾ ਚੰਗਾ ਕਿਹੜਾ ਮਾੜਾ। ਸਾਨੂੰ ਇਹ ਜਿਹੜੀ ਚੰਗੀ ਗੱਲ ਹੈ, ਚੰਗੇ ਬੰਦੇ ਨੇ ਉਹ ਅੱਗੇ ਆਉਣੇ ਚਾਹੀਦੇ, ਉਹਨਾਂ ਦੀ ਮਦਦ ਖਾਤਰ ਨਾਰਾ ਮਾਰਨਾ ਚਾਹੀਦਾ, ਮਦਦ ਕਰਨੀ ਚਾਹੀਦੀ ਹੈ। ਇਸ ਥਾਂ ਤੋਂ ਸਾਨੂੰ ਅੰਮ੍ਰਿਤ ਮਿਲਦਾ ਹੈ, ਜਿਹੜੇ ਥਾਂ ਤੋਂ ਸਾਨੂੰ ਕੀਰਤਨ ਦਾ ਅੰਮ੍ਰਿਤ ਮਿਲਦਾ, ਕਥਾ ਦਾ ਅੰਮ੍ਰਿਤ ਮਿਲਦਾ, ਗੁਰੂ ਦਰਸ਼ਨਾਂ ਦਾ ਅੰਮ੍ਰਿਤ ਮਿਲਦਾ, ਉਸ ਥਾਂ 'ਤੇ ਅਸੀਂ ਚੱਲਣਾ ਚਾਹੁੰਦਾ। ਜਿਨ੍ਹਾਂ ਜਿਨ੍ਹਾਂ ਨੇ ਵੀ ਝਗੜੇ ਪਾਏ ਨੇ ਨਾ, ਤੁਸੀਂ ਦੇਖ ਲਓ ਵੀ ਉਹਨਾਂ ਦਾ ਹਾਲ ਕੀ ਹੈ। ਇਸ ਸਥਾਨ 'ਤੇ ਵੀ ਦੇਖ ਲਓ ਅਤੇ ਉਹ ਇੰਡੀਆ ਦੇ ਵਿੱਚ ਵੀ ਦੇਖ ਲਓ, ਵੱਡੇ ਵੱਡੇ ਗੁਰਦੁਆਰ, ਵੱਡੇ ਵੱਡੇ ਲੀਡਰਾਂ ਦਾ ਹਾਲ ਦੇਖ ਲਓ, ਉਹਨਾਂ ਦਾ ਕੀ ਹਾਲ ਹੋਇਆ। ਪੈਸੇ ਇਕੱਠੇ ਕਰਨੇ ਨੇ, ਮਨੁੱਖ ਨੇ ਜੇ ਪੈਸੇ ਇਕੱਠੇ ਕਰਨੇ, ਪੈਸੇ ਇਕੱਠੇ ਕਰ ਲਏ, ਇਕੱਠੇ ਕਰਕੇ ਕੀ ਕਰੂਗਾ? ਸੋਨਾ ਰੋਟੀ ਖਾਵੇਗਾ ਤਾਂ ਰੋਟੀ ਨਾ, ਸੋਨਾ ਤਾਂ ਖਾਣ ਨਹੀਂ ਲੱਗਿਆ,
ਰਾਵਣ ਨੇ ਕੰਮ ਕੀਤਾ ਸੀ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੜੀ ਬਹੁਤ ਸੁੰਦਰ ਉਦਾਹਰਣ ਦਿੰਦੇ ਨੇ ਜਦੋਂ ਕਿਰਪਾ ਕਰਦੇ ਨੇ ਤੇ ਮਨੁੱਖ ਵੱਡੇ ਤੋਂ ਵੱਡਾ ਰਾਜਨੀਤੀਵਾਨ ਬਣੇਗਾ, ਕੀ ਬਣੇਗਾ, ਸੋਨੇ ਦਾ ਮਹਿਲ ਬਣਾ ਲਊ, ਪਰ ਜੇ ਧਰਮ ਛੱਡ ਦਿੱਤਾ ਤਾਂ ਰਾਜਨੀਤੀਵਾਨ ਦੇ ਉੱਤੇ ਉਹ ਕਹਿਰ ਵਰਤਦਾ ਕਿ ਉਸ ਕਹਿਰ ਨੂੰ ਦੇਖ ਕੇ ਉਹਦਾ ਰਾਜਪਾਲ ਸਭ ਕੁਛ ਖਤਮ ਹੋ ਜਾਵੇਗਾ। ਕਿੱਡਾ ਵੱਡਾ ਬਲਵਾਨ ਸੀ ਰਾਵਣ, ਕਿੱਡੀਆਂ ਵੱਡੀਆਂ ਫੌਜਾਂ ਸੀ ਉਸ ਦੀਆਂ, ਇੰਦਰ ਤੱਕ ਨੂੰ ਉਹਨੇ ਹਰ ਵਕਤ ਪਾ ਦਿੱਤਾ ਸੀ, ਇੰਦਰ ਤੱਕ ਨੂੰ ਹਰਾ ਦਿੱਤਾ ਹੈ। ਜਿਹੜਾ ਕੁਬੇਰ ਸੀ, ਕੁਬੇਰ ਦਾ ਵੀ ਖਜ਼ਾਨਾ ਖੋਹ ਕੇ ਉਹਨੇ ਆਪਣੇ ਕੋਲ ਰੱਖ ਲਿਆ ਤੇ ਧਰਮ ਛੱਡ ਦਿੱਤਾ, ਧਰਮ ਛੱਡਿਆ। ਇਹ ਵੱਡੇ ਵੱਡੇ ਦੀਆਂ ਉਦਾਹਰਨਾਂ ਮਹਾਰਾਜ ਦੇ ਕੇ ਤਾਂ ਕਹਿੰਦੇ ਨੇ ਕਿ ਜੇ ਵੱਡੇ ਦੀ ਉਦਾਹਰਨ ਦੇ ਦੀ ਛੋਟਿਆਂ ਨੂੰ ਸਮਝ ਆ ਜਾਂਦੀ ਹੈ। ਵੱਡੇ ਦੀ ਉਦਾਹਰਨ ਇੱਕ ਵੀ ਦੇ ਦੀ ਹੈ ਨਾ ਤਾਂ ਵਿੱਚ ਸਾਰੇ ਛੋਟੇ ਆ ਜਾਂਦੇ। ਹੁਣ ਰਾਵਣ ਦੀ ਉਦਾਹਰਨ ਦੇ ਦਿੱਤੀ, ਵੱਡਿਆਂ ਤੋਂ ਵੱਡੇ ਰਾਜਿਆਂ ਤੋਂ ਵੱਡਾ ਰਾਜਾ ਸੀ ਉਹ, ਹੈ ਬ੍ਰਾਹਮਣ ਸੀ ਪਰ ਮਾੜਾ ਹੋਣ ਕਰਕੇ, ਪਾਪ ਕਰਨ ਕਰਕੇ ਉਹਨੂੰ ਰਾਕਸ਼ ਵਿਅਕਤੀ ਵਾਲਾ ਰਾਕਸ਼ ਕਿਹਾ ਜਾਂਦਾ। ਰਾਵਣ ਰਾਕਸ਼ ਬਣ ਗਿਆ ਤੇ ਉਸ ਸਮੇਂ ਦਾ ਅਵਤਾਰੀ ਪੁਰ ਰਾਮ ਚੰਦਰ ਜੀ ਦੇ ਘਰੋਂ ਸੀ ਜਾਂਦੀ ਬੀਬੀ ਸੀਤਾ ਨੂੰ, ਮਾਤਾ ਸੀਤਾ ਨੂੰ ਚੱਕ ਕੇ ਲੈ ਗਿਆ, ਇਸੇ ਕਰਕੇ ਬਦਲਾਵ ਹੋ ਗਿਆ। ਤੇ ਦੇਖੋ ਧਰਮ ਦੀ ਉਦਾਹਰਣ ਦੇਖੋ, ਰਾਵਣ ਦੇ ਘਰ ਦੇ ਵਿੱਚੋਂ ਦੋ ਭਰਾ ਸਨ ਰਾਵਣ ਦੇ, ਇੱਕ ਭਵੀਖਣ ਸੀ ਤੇ ਇੱਕ ਕੁੰਭਕਰਨ ਸੀ। ਜਿਹੜਾ ਭਵੀਖਣ ਸੀ ਉਹਨੇ ਸਭਾ ਦੇ ਵਿੱਚ, ਭਰੀ ਸਭਾ ਦੇ ਵਿੱਚ, ਜਦੋਂ ਰਾਵਣ ਨੇ ਸਭਾ ਸੈਂਕੜੀ ਸੱਦੀ ਨਾ ਵੀ ਰਾਮ ਚੰਦਰ ਜੀ ਫੌਜ ਲੈ ਕੇ ਆ ਰਹੇ ਨੇ, ਤਾਂ ਭਵੀਖਣ ਇਕੱਲਾ ਹੀ ਖੜਾ ਹੋ ਕੇ ਉਹਦੇ ਸਾਹਮਣੇ ਕਹਿੰਦਾ ਹੈ ਵੀ ਤੂੰ ਇਹ ਮਾੜਾ ਕੰਮ ਕੀਤਾ। ਗੁਰੂ ਨਾਨਕ ਸਾਹਿਬ ਦਾ ਬਾਣੀ ਦੇ ਵਿੱਚ ਬਚਣਾ ਸਾਰੇ ਯਾਦ ਰੱਖਿਆ ਕਰੋ, ਸਾਰਿਆਂ ਨੂੰ ਇਹ ਬਾਣੀ ਯਾਦ ਹੋਣੀ ਚਾਹੀਦੀ। ਮਹਾਰਾਜ ਕਹਿੰਦੇ ਸੱਚ ਕੀ ਬਾਣੀ, ਨਾਨਕ ਆਖਿਆ ਸੱਚ ਸੁਣਾਇਆ ਸੀ ਸੱਚ ਕੀ ਬਿੰਦ। ਮੈਂ ਸੱਚੀ ਬਾਣੀ ਆਖ ਰਿਹਾ, ਸੱਚ ਉਦੋਂ ਕਹਿਣਾ ਚਾਹੀਦਾ ਜਦੋਂ ਲੋੜ ਹੋਵੇ, ਲੋੜ ਵੇਲੇ ਸੱਚ ਬੋਲ ਦੇਣਾ ਇਹ ਬੜਾ ਅਸਰ ਪਾਉਂਦਾ, ਜਦੋਂ ਵਕਤ ਲੰਘ ਜਾਵੇ ਫਿਰ ਉਹਦਾ ਅਸਰ ਨਹੀਂ ਹੁੰਦਾ। ਸਾਰਾ ਵਿਰੋਧ ਬੈਠਾ, ਸਾਰੀ ਦੁਨੀਆ ਵਿਰੋਧ ਦੇ ਵਿੱਚ ਬੈਠੀ ਹੈ। ਜਿਹੜੇ ਖੁਸ਼ਾਮਦੀ ਨੇ ਰਾਵਣ ਦੇ ਜਰਨੈਲ, ਰਾਵਣ ਦੇ ਮਿਨਿਸਟਰ, ਉਹ ਖੁਸ਼ਾਮਦੀ ਨੇ, ਉਹ ਰਾਵਣ ਨੂੰ ਕਹਿੰਦੇ ਤੂੰ ਕਹਿ ਤਾਂ ਸਹੀ ਰਾਮ ਚੰਦਰ ਨੂੰ ਤਾਂ ਹੁਣੇ ਚੱਕ ਲਿਆਉਣਾ ਸੀ, ਸਾਰੇ ਉਹਦੀ ਖੁਸ਼ਾਮਦ ਕਰ ਰਹੇ ਨੇ, ਪਰ ਇੱਕ ਭਵੀਖਣ ਮਾਂ ਦਾ ਪੁੱਤ ਉੱਠਿਆ ਤੇ ਉਹ ਕਹਿੰਦਾ ਤੂੰ ਇਹ ਕੰਮ ਗਲਤ ਕਰ ਰਿਹਾ। ਦੇਖੋ ਸੱਚ ਦੇ ਅੰਦਰ ਕਿੰਨੀ ਤਾਕਤ ਹੁੰਦੀ, ਉਹਨੂੰ ਪਤਾ ਹੈ ਮੇਰਾ ਭਰਾ ਇਹ, ਮੇਰਾ ਖਜ਼ਾਨਾ ਵੀ ਇੱਥੇ ਆ, ਮੇਰਾ ਪਰਿਵਾਰ ਵੀ ਇੱਥੇ ਆ, ਇਹ ਮਾਰ ਵੀ ਸਕਦਾ, ਲੁੱਟ ਵੀ ਸਕਦਾ, ਮੈਨੂੰ ਮਾਰ ਵੀ ਸਕਦਾ, ਸਭ ਕੁਛ ਮੇਰਾ ਹੋ ਸਕਦਾ, ਪਰ ਸੱਚ ਦੇ ਅੰਦਰ ਇੰਨਾ ਬਲ ਹੁੰਦਾ ਹੈ, ਉਹਨੇ ਸੱਚੀ ਗੱਲ ਉਹਦੇ ਸਾਹਮਣੇ ਮੂੰਹ ਤੱਕ ਕਹੀ ਕਿ ਦੇਖ ਨੀਤੀ ਇਹ ਕਹਿੰਦੀ ਹੈ ਤੂੰ ਰਾਮ ਚੰਦਰ ਨੂੰ ਮਾਰਦਾ, ਜੱਗ ਦੇ ਵਿੱਚ ਮਾਰਦਾ, ਮਾਰ ਕੇ ਉਹਦੇ ਘਰ ਵਾਲੇ ਲਿਆਉਂਦਾ, ਉਹਦੇ ਨਾਲ ਵਿਆਹ ਕਰਾ ਦਿੰਦਾ, ਫਿਰ ਗੱਲ ਵੱਖਰੀ। ਉਹਦੇ ਘਰ ਵਾਲੀ ਉਹਦੇ ਜਿਉਂਦੇ ਹੋਇਆਂ ਤੂੰ ਚੋਰੀ ਧੋਖੇ ਨਾਲ ਉਹਦੀ ਘਰ ਵਾਲੀ ਚੱਕ ਕੇ ਲੈ ਆਇਆ, ਇਹ ਨੀਤੀ ਨਹੀਂ ਰਾਵਣ, ਇਹ ਨੀਤੀ ਨਹੀਂ, ਉਹਨੂੰ ਵਾਪਸ ਕਰਕੇ ਆ, ਨਹੀਂ ਇਹ ਜਿਹੜੀ ਸੀਤਾ ਇਹ ਤੂੰ ਉਹਦੀ ਘਰ ਵਾਲੀ ਨੂੰ ਚੱਕ ਕੇ ਲੈ ਆਇਆ, ਮੌਤ ਆਪਣੀ ਬੰਨ ਕੇ ਲੈ ਗਈ। ਰਾਵਣ ਨੇ ਪਤਾ ਕੀ ਜਵਾਬ ਦਿੱਤਾ, ਸਾਰੀ ਸਭਾ ਚੁੱਪ ਹੋ ਗਈ। ਰਾਵਣ ਉੱਥੇ ਉਹਨੂੰ ਜਵਾਬ ਦਿੰਦਾ ਕਿ ਤੂੰ ਮੇਰੇ ਮਾਂ ਦੇ ਪੁੱਤ ਤੋਂ ਉਹੀ ਉਸੀ ਉਸੇ ਕੁੱਖ ਤੋਂ ਤੂੰ ਜੰਮਿਆ, ਉਸੇ ਕੁੱਖ ਤੋਂ ਮੈਂ ਜੰਮਿਆ, ਉਹੀ ਦੁੱਧ ਤੂੰ ਪੀਤਾ, ਉਹੀ ਮੈਂ ਪੀਤਾ, ਅਫਸੋਸ ਜੇ ਤੂੰ ਮੇਰਾ ਭਰਾ ਨਾ ਹੁੰਦਾ ਤੇਰੀ ਲਾਸ਼ ਦੇ ਟੁਕੜੇ ਕਰਕੇ ਮੈਂ ਇੱਥੇ ਹੀ ਸਕਦੀ। ਜੇ ਕੋ ਬੋਲੇ ਸੱਚ, ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ, ਸਾਰੇ ਯਾਦ ਰੱਖੀਏ ਆਪਾਂ, ਜੇ ਕੋ ਬੋਲੇ ਸੱਚ ਕੂੜਾ ਜਲ ਜਾ। ਜੇ ਕੋਈ ਸੱਚ ਬੋਲਦਾ ਖੁਸ਼ਾਮਦੀਆਂ ਦੀ ਸਭਾ ਦੇ ਵਿੱਚ ਉਹ ਸੜ ਕੇ ਸਵਾਹ ਹੋ ਜਾਂਦੀ। ਸੱਚ ਦੇ ਅੰਦਰ ਇੰਨਾ ਬਲ ਹੈ, ਬਲਾ ਦਿੰਦੀ ਹੈ ਸੱਚ ਹੈ ਜਿਹੜਾ, ਸੋ ਸਾਰੀ ਸਭਾ ਮੱਚ ਉੱਠੀ। ਤੇ ਕੁੰਭਕਰਨ ਸੀ ਜਿਹੜਾ, ਹੁਣ ਦੇਖੋ ਭੀਖਣ ਨੂੰ ਸਾਰੀ ਦੁਨੀਆਂ ਯਾਦ ਕਰਦੀ ਹੈ, ਰਾਜ ਉਹਨੂੰ ਮਿਲਿਆ, ਉਹਨੇ ਏਡਾ ਵੱਡਾ ਤਿਆਗ ਕੀਤਾ ਤੇ ਸਾਰਾ ਕੁਛ ਛੱਡ ਗਿਆ, ਕਹਿਣ ਲੱਗੇ ਚੰਗਾ ਜੇ ਤੂੰ ਮੇਰੀ ਗੱਲ ਨਹੀਂ ਸੁਣਦਾ ਮੈਂ ਸਾਰਾ ਕੁਛ ਤਿਆਗਿਆ ਤੇ ਮੈਂ ਚੱਲਿਆ ਰਾਮ ਚੰਦਰ। ਰਾਮ ਚੰਦਰ ਜੀ ਕੋ ਗਿਆ, ਉਹਨਾਂ ਨੂੰ ਪਤਾ ਸੀ ਵੀ ਇਹ ਠੀਕ ਸੱਚਾ ਆਦਮੀ ਆ, ਉਹਨਾਂ ਨੇ ਰੱਖ ਲਿਆ। ਹਨੂੰਮਾਨ ਨੇ ਤੇ ਜਿਹੜੇ ਹੋਰ ਜਿੰਨੇ ਜਰਨੈਲ ਸੀ ਉਹਨਾਂ ਸਾਰਿਆਂ ਨੇ ਕਿਹਾ ਵੀ ਧੋਖਾ ਦੇ ਸਕਦਾ, ਕਹਿੰਦਾ ਨਹੀਂ ਇਹ ਧੋਖਾ ਨਹੀਂ ਦੇ ਸਕਦਾ, ਇਹ ਸੱਚ ਬੋਲ ਕੇ ਆਇਆ, ਮੈਨੂੰ ਪਤਾ ਇਹਦਾ ਮੱਥਾ ਦੱਸਦਾ। ਸੋ ਰਾਵਣ ਹਾਰਿਆ, ਰਾਵਣ ਹਾਰਨ ਤੋਂ ਬਾਅਦ ਭਵੀਖਣ ਨੂੰ ਰਾਜ ਮਿਲਿਆ। ਇਹ ਕੁਰਬਾਨੀ ਜਿੱਡੀ ਵੱਡੀ ਕੁਰਬਾਨੀ ਕੀਤੀ, ਉੱਡਾ ਵੱਡਾ ਫਲ ਮਿਲਿਆ। ਜਿਹੜਾ ਕੁੰਭਕਰਨ ਸੀ, ਕੁੰਭਕਰਨ ਨੇ ਵੀ ਇਹ ਗੱਲ ਕਹੀ ਸੀ ਕਿ ਤੂੰ ਇਹ ਗਲਤ ਕੀਤਾ, ਭਵੀਖਣ ਠੀਕ ਕਹਿੰਦਾ ਗੱਲ, ਪਰ ਕਹਿੰਦਾ ਫਰਕ ਇੱਥੇ ਹੈ, ਕੁੰਭਕਰਨ ਦਾ ਤੇ ਰਾਵਣ ਦਾ ਫਰਕ ਇੱਥੇ ਹੈ।
ਕਹਿੰਦਾ ਇਹ ਗੱਲ ਠੀਕ ਹੈ ਵੀ ਤੂੰ ਗਲਤੀ ਕੀਤੀ ਹੈ ਪਰ ਕਹਿੰਦਾ ਤੂੰ ਮੇਰਾ ਭਰਾ ਲੱਗਦਾ ਮੈਂ ਤੇਰੇ ਨਾਲ ਕਰੂੰਗਾ ਤੇਰੇ ਨਾਲ ਹੀ ਬਣ ਤੁਸੀਂ ਗਲਤੀ ਦੇ ਨਾਲ ਸਹਿਮਤ ਹੋ ਗਿਆ ਸਹਿਮਤੀ ਦੇਣ ਕਰਕੇ ਪੀਟਰ ਨੂੰ ਵਧਿਆ ਸੋ ਇਹ ਗੱਲ ਹੁੰਦੀ ਹੈ ਜਿੱਡੀ ਵੱਡੀ ਕੁਰਬਾਨੀ ਹੁੰਦੀ ਹੈ ਸਾਧ ਸੰਗਤ ਓਡਾ ਵੱਡਾ ਫਲ ਪ੍ਰਾਪਤ ਹੁੰਦਾ ਰਾਜ ਭੀਖਣ ਨੇ ਭੋਗਿਆ ਰਾਵਣ ਨੂੰ ਮਾਰਨ ਤੋਂ ਬਾਅਦ ਰਾਜ ਭੋਗਿਆ ਤੇ ਲੰਕਾ ਸੁਖੀ ਹੋਈ ਲੰਕਾ ਨੂੰ ਰਾਮਚੰਦਰ ਜੀ ਨੇ ਸਾੜਿਆ ਪਾਪੀਆਂ ਦਾ ਰਾਜ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਾਣੀ ਦੇ ਵਿੱਚ ਵਚਨ ਦਰਜ ਕਰ ਦਿੱਤਾ ਤੇ ਲੰਕਾ ਗੜ ਸੋਨੇ ਦਾ ਭਰਿਆ ਮੂਰਖ ਰਾਵਣ ਕਿਆ ਲਈ ਸੋਨੇ ਦੀ ਲੰਕਾ ਬਣਾ ਲਈ ਲੋਕੋ ਮੂਰਖ ਰਾਵਣ ਜੀ ਲੈ ਕੇ ਗਿਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪਵਿੱਤਰ ਬਾਣੀ ਨੂੰ ਦਇਆ ਕਰ ਦਿੱਤੀ ਤੇ ਦੇਖੋ ਗੰਨਾ ਹੈ ਨਾ ਜਿਹੜਾ ਦੇਖੋ ਉਦਾਹਰਣਾਂ ਕਿਹੋ ਜਿਹੀਆਂ ਦਿੱਤੀਆਂ ਗੰਨਾ ਹੈ ਨਾ ਜਿਹੜਾ ਇਹ ਧਰਤੀ ਦੇ ਵਿੱਚ ਮਿੱਠੇ ਨੂੰ ਪਿਆਰ ਕਰਦਾ ਆਪਾਂ ਸਾਰੇ ਮੁੰਡਾ ਪਿੰਡਾਂ ਤੋਂ ਆਏ ਹਾਂ ਆਪਾਂ ਆਪ ਘੱਟ ਜਾਂਦੇ ਹਾਂ ਜਦੋਂ ਗੰਨੇ ਪਹਿਲਾਂ ਵੱਢਿਆ ਜਾਂਦਾ ਹੈ ਵੱਢ ਕੇ ਫਿਰ ਉਹਦਾ ਪੱਤੀ ਲਾਈ ਜਾਂਦੀ ਹੈ ਫਿਰ ਮੂਹਰੇ ਆਗ ਹੁੰਦਾ ਉਹਨੂੰ ਕੱਟਿਆ ਜਾਂਦਾ ਹੈ ਗੰਨੇ ਦੀ ਭਰੀਆਂ ਲਾ ਦਿੰਦੇ ਆਗ ਵੱਢ ਕੇ ਡੰਗਰਾਂ ਲੈ ਆਉਂਦੇ ਆਪਾਂ ਅਤੇ ਫਿਰ ਉਹਨੂੰ ਕਲਾੜੀ ਦੇ ਕੋਲ ਜਾ ਕੇ ਸਿੱਟਿਆ ਜਾਂਦਾ ਫਿਰ ਬੇਲਣੇ ਦੇ ਵਿੱਚ ਪੀੜਿਆ ਜਾਂਦਾ ਉਸ ਪੀੜ ਕੇ ਰਸ ਹੈ ਜਿਹੜਾ ਰਸ ਕੱਢ ਲਿਆ ਜਾਂਦਾ ਕਾੜਿਆ ਜਾਂਦਾ ਕੜਾਕੇ ਦੇ ਵਿੱਚ ਪਾ ਕੇ ਅਤੇ ਜਦੋਂ ਸਾਫ਼ ਕਰਕੇ ਸੋਡਾ ਪਾ ਕੇ ਸਾਫ਼ ਕਰ ਕਰਕੇ ਗੰਢ 'ਚ ਪਾ ਕੇ ਗੁੜ ਬਣਾ ਲੈਂਦੇ ਹਾਂ ਆਪਾਂ ਅਤੇ ਮਗਰੋਂ ਜਿਹੜਾ ਫੋਗ ਹੁੰਦਾ ਪੀੜਿਆ ਹੋਇਆ ਗੰਨਾ ਜਿਹੜਾ ਉਹ ਗੁਰੜਾ ਵੀ ਕਹਿੰਦੇ ਹੁੰਦੇ ਫੋਗ ਵੀ ਕਹਿੰਦੇ ਹੁੰਦੇ ਉਹ ਸੁਕਾਰਿਆ ਜਾਂਦਾ ਉਹਨੂੰ ਸੁਕਾਰ ਕੇ ਫਿਰ ਜਾਲਣ ਦੇ ਉਹ ਕੰਮ ਹੁੰਦਾ ਅਤੇ ਮਹਾਰਾਜ ਕਹਿੰਦੇ ਰਸ ਕਸ ਟੱਟਰ ਪਾਈ ਹੈ ਅਤੇ ਮਗਰੋਂ ਅਖੀਰ ਦੇ ਵਿੱਚ ਵਚਨ ਕਰਦੇ ਨੇ ਨਾਨਕ ਮਿੱਠਾ ਪਦਰੀਆ ਵੇਖੋ ਲੋਕਾਂ ਆਏ ਕਹਿੰਦੇ ਦੇਖੋ ਗੰਨੇ ਨੇ ਮਿੱਠੇ ਨੂੰ ਪਿਆਰ ਕੀਤਾ ਛਿੱਲਾ ਹੀ ਗਈ ਉਸਦੀ ਸਿਰੀ ਉਹਦੀ ਵੱਢੀ ਗਈ ਉਹਦੇ ਖਰੇ ਪੱਤੇ ਨੇ ਉਹ ਡੰਗਰਾਂ ਨੂੰ ਪਾਏ ਗਏ ਰਸ ਕੱਢਿਆ ਗਿਆ ਰਸ ਨੂੰ ਕਾੜਿਆ ਗਿਆ ਮੈਲ ਲਾਈ ਗਈ ਉਹਦੀ ਅਤੇ ਉਹ ਗੁੜ ਬਣਾ ਕੇ ਲੋਕਾਂ ਨੇ ਖਾਧਾ ਜਿਹੜਾ ਉਹਦਾ ਫੋਗ ਸੀ ਉਹ ਵੀ ਉਹਦਾ ਜੂਠਾ ਨਹੀਂ ਜਾਣ ਦਿੱਤਾ ਉਹਨੂੰ ਵੀ ਅੱਗ ਦੇ ਵਿੱਚ ਸਾੜਿਆ ਜਾਂਦਾ ਨਾਨਕ ਮਿੱਠਾ ਪਦਰੀਆ ਵੇਖੋ ਲੋਕਾਂ ਆਏ ਇਹ ਦੁਨੀਆਂ ਦੇ ਲੋਕੋ ਦੇਖੋ ਜਿਹੜੇ ਮਿੱਠੇ ਨੂੰ ਪਿਆਰ ਕਰਦੇ ਨੇ ਪਾਪਾਂ ਨੂੰ ਪਿਆਰ ਕਰਦੇ ਨੇ ਨਸ਼ਿਆਂ ਨੂੰ ਮਿੱਠਾ ਸਮਝ ਕੇ ਖਾਂਦੇ ਨੇ ਦੇਖੋ ਇਹ ਹਾਲ ਹੁੰਦਾ ਇਹ ਹਾਲ ਹੁੰਦਾ ਉਹਨਾਂ ਲੋਕਾਂ ਸੋ ਚਾਹੇ ਰਾਜਨੀਤੀ ਹੈ ਜੇ ਕੁਰਸੀ ਨੂੰ ਮਿੱਠਾ ਸਮਝ ਕੇ ਪਿਆਰ ਕਰਦੇ ਨੇ ਇੰਨੇ ਨੇ ਵੱਡੇ ਜਾਵਾਂਗੇ ਜਿਹੜਾ ਗੁਰੂ ਦਾ ਧਾਨ ਹੈ ਨਾ ਜਿਹੜਾ ਇਹ ਹਜਮ ਕਰਨਾ ਬਹੁਤ ਔਖਾ ਧਾਨ ਗੁਰੂ ਦਾ ਹਜਮ ਕਰਨਾ ਲੀਡਰ ਨੂੰ ਸਿਆਣੇ ਕਹਿੰਦੇ ਲੀਡਰ ਮੂੰਹ ਵਰਗਾ ਹੋਣਾ ਚਾਹੀਦਾ ਮੂੰਹ ਦਾ ਕੀ ਕੰਮ ਹੈ ਆਪਾਂ ਸਾਰੇ ਪਦਾਰਥ ਖਾਂਦੇ ਹਾਂ ਮੂੰਹ ਨਾਲ ਮੂੰਹ ਆਪਣੇ 'ਚ ਕੋਈ ਚੀਜ਼ ਨਹੀਂ ਰੱਖਦਾ ਜੇ ਰੱਖਦਾ ਹੈ ਤਾਂ ਮੂੰਹ ਦੇ ਵਿੱਚ ਦਸਾਂ ਪੰਜਾਂ ਮਿੰਟਾਂ ਦੇ ਲਈ ਜਨਮ ਪੈਦਾ ਹੋ ਜਾਂਦਾ ਦੰਦ ਦੰਦ ਤੁਹਾਡੇ ਸਭ ਖਤਮ ਹੋ ਜਾਂਦੇ ਖਾ ਕੇ ਪੇਟ ਦੇ ਵਿੱਚ ਸਿੱਟ ਦਿੰਦਾ ਇਹ ਅਤੇ ਬਾਕੀ ਰਿੰਦ ਕਰਕੇ ਆਪਾਂ ਬਾਹਰ ਸਿੱਟ ਦਿੰਦੇ ਹਾਂ ਮੂੰਹ ਖਾਲੀ ਦਾ ਖਾਲੀ ਮੂੰਹ ਵੀ ਸੁਖੀ ਹੈ ਸਾਰੇ ਸਰੀਰ ਦੇ ਅੰਗ ਵੀ ਸੁਖੀ ਹੈ ਜਿਹੜਾ ਲੀਡਰ ਆਪਣੇ ਕੋਲ ਰੱਖਣ ਲੱਗ ਗਿਆ ਨਾ ਸਾਰਾ ਕੁਝ ਵੀ ਮੈਂ ਇੱਧਰੋਂ ਵੀ ਖਿੱਚਣਾ ਮੈਂ ਇੱਧਰੋਂ ਵੀ ਖਿੱਚਣਾ ਆਪਣਿਆਂ ਨੂੰ ਦੇਣ ਲੱਗ ਜਾਂਦਾ ਇਹ ਕਿਰਮ ਬਣ ਕੇ ਉਹਦੀ ਜ਼ਿੰਦਗੀ ਕੱਢ ਉਹਦੇ ਪਰਿਵਾਰ ਦੀ ਜ਼ਿੰਦਗੀ ਕੱਢ ਜੇ ਪਾਠਸੇ ਖੂਹ ਦੇ ਪਾਠਸੇਵਾਂ ਨਾਲ ਪਾਣੀ ਇੱਧਰੋਂ ਆਉਂਦਾ ਇੱਧਰ ਨੂੰ ਕੱਢੀ ਜਾਂਦਾ ਫਿਰ ਇਹ ਖਾਧਾ ਪੀਤਾ ਜਿਹੜਾ ਇਹ ਲਾਹੇ ਦਾ ਬਣ ਜਾਂਦਾ ਸਾਰੀ ਕੌਮ ਵੀ ਸੁਖੀ ਰਹਿੰਦੀ ਲੀਡਰ ਆਪ ਵੀ ਸੁਖੀ ਰਹਿੰਦੀ ਦੇਖੋ ਜਿਹੜਾ ਪਾਠਸਾ ਨਾ ਪਾਣੀ ਦਾ ਤੁਸੀਂ ਖੂਹਾਂ ਦੇ ਵਿੱਚ ਆਮ ਚੱਲਦੇ ਦੇਖਣ ਪਾਣੀ ਹੈ ਜਿਹੜਾ ਉਹ ਰੱਖਦਾ ਨਹੀਂ ਆੜੂ ਹੈ ਜਿਹੜਾ ਉਹਦੇ ਵਿੱਚ ਪਾਣੀ ਰਹਿੰਦਾ ਨਹੀਂ ਜਿਹੜਾ ਚਵੱਚਾ ਹੁੰਦਾ ਪਾਣੀ ਆਉਂਦਾ ਆ ਕੇ ਚੱਲ ਜਾਂਦਾ ਫਿਰ ਵੀ ਉਹਦੇ ਵਿੱਚ ਫੰਗਸ ਲੱਗ ਜਾਂਦੀ ਉਹਨੂੰ ਸਾਫ਼ ਕਰਦਾ ਜਿਹੜਾ ਨਿਸ਼ਕਾਮ ਕਰਨ ਕੰਮ ਕਰਨ ਵਾਲਾ ਉਹਦੇ ਅੰਦਰ ਵੀ ਮੈਲ ਆ ਜਾਂਦੀ ਹੈ ਜਿਹੜਾ ਜਿਹੜਾ ਕੁਛ ਨਾ ਕੁਛ ਹਿੱਸਾ ਰੱਖਦਾ ਹੈ ਉਹਦਾ ਕੀ ਹਾਲ ਹੋਊ ਇਸ ਕਰਕੇ ਦੇਖੋ ਕਿੰਨੀਆਂ ਸੋਹਣੀਆਂ ਗੱਲਾਂ ਗੁਰਬਾਣੀ ਨੇ ਮਹਾਰਾਜ ਨੇ ਦਇਆ ਕੀਤੀਆਂ ਹਨ ਕਿ ਮੱਛੀ ਘੋੜਾ ਪਤੰਗਾ ਹਾਥੀ ਇਹ ਚੀਜ਼ਾਂ ਨੇ ਜਿਹੜੀਆਂ ਏਕ ਦੋਖ ਵਿਨਾਸ ਮ੍ਰਿਗ ਮੀਨ ਭਰਿੰਗ ਕੁੰਜਰ ਏਕ ਦੋਖ ਵਿਨਾਸ ਮੱਛੀ ਹੈ ਜਿਹੜੀ ਉਹ ਜੀਵ ਦਾ ਚਸਕਾ ਕੁੰਡੀ ਲਾ ਕੇ ਉਹਨੂੰ ਮਾਰੀ ਜੀਵ ਪੜ ਲੈਂਦਾ ਜਾਨ ਗੁਆਲੀ ਮੱਛੀ ਨੇ ਜੀਵ ਦੇ ਚਸਕੇ ਕਰ
ਤੇ ਪਤੰਗਾ ਹੈ ਜਿਹੜਾ ਉਹਨੂੰ ਰੋਸ਼ਨੀ ਦੇਖਣ ਦਾ ਚਸਕਾ ਹੈ ਉਹ ਰੋਸ਼ਨੀ ਦੇ ਉੱਤੇ ਜਾਂਦਾ ਦੀਵੇ ਦੇ ਉੱਤੇ ਬਲ ਕੇ ਸੜ ਕੇ ਆਪਣੇ ਥੰਮ ਸਾੜ ਦਿੱਤਾ ਮਰਿਆ ਜਾਂਦਾ ਜੀਵ ਇੱਕੋ ਚਸਕਾ ਭੌਰਾ ਹੈ ਜਿਹੜਾ ਉਹਨੂੰ ਨਾਸਕਾਂ ਦਾ ਸੁੰਭਰ ਦਾ ਚਸਕਾ ਹੈ ਤੇ ਕੌਲ ਮੁੰਡੇ ਉੱਤੇ ਬਹਿੰਦਾ ਸਾਰੀ ਦਿਹਾੜੀ ਉਹਦਾ ਰਸ ਚੂਸਦਾ ਰਹਿੰਦਾ ਸ਼ਾਮ ਨੂੰ ਕੌਲ ਫੁੱਲ ਬੰਦ ਹੋ ਜਾਂਦਾ ਜਿਹੜਾ ਕਮਲ ਫੁੱਲ ਹੈ ਰੋਡ ਸਟਾਪ ਕਹਿੰਦੇ ਨੇ ਉਹਦੀਆਂ ਪੱਤੀਆਂ ਭਾਰੀਆਂ ਹੁੰਦੀਆਂ ਨੇ ਜਦ ਬੰਦ ਹੁੰਦੀਆਂ ਨੇ ਵਿੱਚ ਘੁੱਟ ਕੇ ਮਾਰਿਆ ਨਾਸਕਾਂ ਦਾ ਚਸਕਾ ਹਾਥੀ ਹੈ ਜਿਹੜਾ ਉਹ ਕਾਮ ਦਾ ਚਸਕਾ ਲੱਕੜੀ ਦੀ ਹੱਕਣੀ ਬਣਾ ਕੇ ਧਰਤੀ ਦੇ ਉੱਤੇ ਰੱਖ ਦਿੰਦੇ ਨੇ ਟੋਏ ਦੇ ਉੱਤੇ ਤੇ ਘਾਹ ਰੱਖ ਦਿੰਦੇ ਨੇ ਉਹਨੂੰ ਇੰਨਾ ਨੀ ਪਤਾ ਲੱਗਦਾ ਵੀ ਅਸਲੀ ਹੈ ਕਿ ਨਕਲੀ ਹੈ ਆਉਂਦਾ ਟੋਏ ਦੇ ਵਿੱਚ ਰਹਿੰਦਾ ਟੋਏ ਦੇ ਵਿੱਚ ਡਿੱਗ ਜਾਂਦਾ ਦਸ ਪੰਦਰਾਂ ਦਿਨ ਭੁੱਖਾ ਰੱਖਿਆ ਹੋਇਆ ਟ੍ਰੇਨ ਕਰ ਲੈਂਦੇ ਨੇ ਕੁੰਡਾ ਉਹਦੇ ਜਿਹੜਾ ਹੈ ਗਰਦਨ ਦੇ ਉੱਤੇ ਰੱਖਿਆ ਜਾਂਦਾ ਹਾਥੀ ਏਡਾ ਵੱਡੀ ਤਾਕਤ ਦਾ ਮਾਲ ਹਾਥੀ ਕਾਬੂ ਹੋ ਗਿਆ ਕਾਮ ਕਰ ਹਰਨਾ ਉਹ ਸੁਣਨ ਦਾ ਚਸਕਾ ਕੰਨਾਂ ਦਾ ਕੰਡਾ ਜਿਹੜਾ ਘੜੇ ਦੇ ਉੱਤੇ ਚਮੜੇ ਦਾ ਇੱਕ ਕਵਰ ਪਾ ਕੇ ਉਹਨੂੰ ਜਿਹੜਾ ਹੈ ਸ਼ਿਕਾਰੀ ਵਜਾਉਂਦਾ ਹੈ ਤੇ ਹਰਨ ਨੱਠ ਕੇ ਆ ਕੇ ਉਸ ਆਵਾਜ਼ ਨੂੰ ਸੁਣਦਾ ਹੋਇਆ ਤੇ ਉਸ ਘੜੇ ਦੇ ਨਾਲ ਆ ਕੇ ਮੂੰਹ ਲਾ ਦਿੰਦਾ ਜਿਹਦੇ ਫੜ ਲੈਂਦਾ ਸੰਸਕਾਰ ਕੰਨਾਂ ਦਾ ਚਸਕਾ ਮ੍ਰਿਗ ਮੀਨ ਰੰਗ ਪਤੰਗ ਕੁੰਜ ਏਕ ਲੋਕ ਵਿਲਾਸ ਤੇ ਭਗਤ ਰਵਿਦਾਸ ਸਾਹਿਬ ਜੀ ਨੇ ਪੰਜ ਲੋਕ ਅਸਾਧ ਜਾਮੈ ਕਲ ਤਾ ਵੀ ਕੇ ਵਿਕਾਸ ਤੇ ਹੇ ਮਨੁੱਖ ਤੇਰੇ ਅੰਦਰ ਇਹ ਪੰਜੇ ਨੇ ਉਹ ਕੱਲੇ ਕੱਲੇ ਨਹੀਂ ਬਚ ਸਕੇ ਤੇਰੇ ਅੰਦਰ ਪੰਜੇ ਇਕੱਠੇ ਨੇ ਤੇ ਤੂੰ ਕਿਹੜੇ ਹਿਸਾਬ ਨਾਲ ਨਸ਼ੇ ਪੀਂਦਾ ਤੂੰ ਕਿਹੜੇ ਹਿਸਾਬ ਨਾਲ ਚੋਰੀ ਕਰਦਾ ਤੂੰ ਕਿਹੜੇ ਹਿਸਾਬ ਨਾਲ ਪਾਪ ਕਰਦਾ ਗੁਰਦੁਆਰਿਆਂ ਆ ਕੇ ਰੌਲਾ ਪਾਉਂਦਾ ਤੇ ਤੂੰ ਕਿਹੜੇ ਹਿਸਾਬ ਨਾਲ ਬਚੇਗਾ ਤੇਰੇ ਤਾਂ ਅੰਦਰ ਜਿਹੜੀਆਂ ਚੀਜ਼ਾਂ ਬੈਠੀਆਂ ਨੇ ਉਹੀ ਨੀ ਤੇਰਾ ਬਚਾਅ ਕਰਦਾ ਸੀ ਤੂੰ ਬਾਹਰ ਝੰਡੇ ਪਾ ਕੇ ਕਿਵੇਂ ਬਚਾਅ ਕਰੇਗਾ ਪੰਜ ਦੁੱਖ ਸਾਧ ਜਾਵੇ ਤਾਕੀ ਕੇਤਕ ਆਸ ਤੇ ਭਗਤੀ ਕਹਿੰਦੇ ਮਾਧੋ ਵਿਦਿਆ ਹਿਤ ਕਈ ਵਿਵੇਕ ਦੀਪ ਮਲੀ ਹੇ ਮਾਧੋ ਹੇ ਵਾਹਿਗੁਰੂ ਇਸ ਜੀਵ ਨੇ ਅਵਿਦਿਆ ਨਾਲ ਪਾਪ ਨਾਲ ਅਗਿਆਨ ਨਾਲ ਪਿਆਰ ਕਰ ਲਿਆ ਇਹਦਾ ਵਿਵੇਕ ਦਾ ਦੀਵਾ ਜਿਹੜਾ ਗਿਆਨ ਦਾ ਦੀਵਾ ਮਨ ਦਾ ਦੀਵਾ ਉਹ ਬੁਝਿਆ ਕਿਵੇਂ ਕਿਵੇਂ ਇਸ ਨੂੰ ਦੇਖੇਗਾ ਸਾਚੇ ਨੂੰ ਕਿਵੇਂ ਦੇਖੇਗਾ ਇਸ ਕਰਕੇ ਆਪਾਂ ਸਾਰਿਆਂ ਨੂੰ ਆਪਣੇ ਅੰਦਰ ਪੰਜਾਬੀਆਂ ਦੇ ਅੰਦਰ ਸਿੱਖਾਂ ਦੇ ਅੰਦਰ ਖਾਸ ਕਰਕੇ ਇੱਕ ਬਹੁਤ ਵੱਡੀ ਬਿਮਾਰੀ ਹੈ ਇਹ ਹੁਣ ਪਈ ਹੈ ਸਰਦਾਰ ਹਰੀ ਸਿੰਘ ਨਲੂਆ ਸੀ ਜਿਹੜਾ ਨਾਲੇ ਜਰੈਲ ਸੀ ਨਾਲੇ ਬਾਣੀ ਪੜ੍ਹਨ ਵਾਲਾ ਸੀ ਸਰਦਾਰ ਜੱਸਾ ਸਿੰਘ ਆਲੂਵਾਲੀਆ ਨਿਤਰੇਮੀ ਸੀ ਬਾਣੀ ਦਾ ਕੀਰਤਨੀਆ ਸੀ ਜਦੋਂ ਕੀਰਤਨ ਕਰ ਲੈਂਦਾ ਸੀ ਸਾਰੀ ਸੰਗਤ ਨੂੰ ਬੰਨ ਲੈਂਦਾ ਸੀ ਉਹਦਾ ਕੀਰਤਨ ਸੁਣ ਕੇ ਹੀ ਨਵਾਬ ਕਪੂਰ ਸਿੰਘ ਨੇ ਉਹਨੂੰ ਆਪਣਾ ਮਤਬੰਦਾ ਬਣਾਇਆ ਇਹ ਵੱਡੇ ਵੱਡੇ ਜਰਨੈਲਾਂ ਦੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਬੰਦਗੀ ਵਾਲਾ ਮਹਾਂਪੁਰਖ ਸੀ ਕਿੱਡੇ ਕਿੱਡੇ ਦੀਆਂ ਉਦਾਹਰਣਾਂ ਲੈ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਨੇ ਪੜ੍ਹਨਾ ਹੀ ਛੱਡ ਦਿੱਤਾ ਸਭ ਤੋਂ ਵੱਡੀ ਗੱਲ ਹੈ ਬਾਣੀ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਗੋਸ਼ਟ ਕੀ ਹੈ ਕਿਸੇ ਨੂੰ ਪੁੱਛ ਲਓ ਨਹਿ ਬਿਲੰਬ ਧਰਦਮ ਬਿਲੰਬ ਪਾਪਮ ਇਹਦਾ ਅਰਥ ਕੀ ਹੈ ਇਹ ਦੱਸ ਕੇ ਅਰਥ ਕਹਿੰਦੇ ਸੰਸਕ੍ਰਿਤੀ ਦੇ ਸਲੋਕ ਕੀ ਨੇ ਕਿਸੇ ਨੂੰ ਪੁੱਛੋ ਭਗਤ ਨੰਦ ਲਾਲ ਜੀ ਦੀ ਬਾਣੀ ਕਿੱਥੇ ਲਿਖੀ ਹੋਈ ਹੈ ਪਤਾ ਹੀ ਨਹੀਂ ਸਾਨੂੰ ਇਹਦਾ ਨੁਕਸਾਨ ਕੀ ਹੋਵੇਗਾ ਹੁਣ ਸੋਚਿਓ ਜਿਸ ਗੁਰਮੁਖ ਨੇ ਜਿਸ ਸਿੱਖ ਨੇ ਪੜ੍ਹਨਾ ਛੱਡ ਦਿੱਤਾ ਨਾ ਉਹਦੇ ਅੰਦਰ ਥਿੰਕਿੰਗ ਹੈ ਜਿਹੜੀ ਸੋਚ ਹੈ ਉਹ ਨਹੀਂ ਪੈਦਾ ਹੋਵੇਗੀ ਜਿਹੜਾ ਬੰਦਾ ਸੋਚ ਨਹੀਂ ਸਕਦਾ ਕੀ ਕਰੂਗਾ ਹੁਣ ਤੁਸੀਂ ਤੁਰਨਾ ਥੋੜ੍ਹੀ ਇੱਕ ਡਿੰਗਲੇ ਦਾ ਪਤਾ ਹੋ ਜਾਏ ਕਿ ਅੱਗੇ ਖੂਹ ਖਾਤਾ ਇੱਕ ਸਟੈਪ ਤੁਰਨਾ ਤੁਹਾਨੂੰ ਇਹ ਤਾਂ ਪਤਾ ਹੋ ਜਾਏ ਕਿ ਅੱਗੇ ਖੂਹ ਹੈ ਜੇ ਜਿੱਥਾਂ ਨੀਚ ਕੇ ਤੁਰੋਗੇ ਡਿੱਗੋਗੇ ਤੇ ਨੁਕਸਾਨ ਹੋਵੇਗਾ ਸਰੀਰ ਖਤਮ ਹੋ ਜਾਵੇਗਾ ਲੱਤਾਂ ਬਾਹਾਂ ਟੁੱਟਣਗੀਆਂ ਜੇ ਗੱਡੀ ਸ਼ਰਾਬ ਪੀ ਕੇ ਚਲਾਵਾਂਗੇ ਇੰਸ਼ੋਰੈਂਸ ਵਧੂਗੀ ਕਿਸੇ 'ਚ ਵੱਜੂਗੀ ਪੁਲਿਸ ਵਾਲਾ ਚੇਟ ਦੇਣਗੇ ਇੰਨੀ ਤਾਂ ਸੋਚ ਚਾਹੀਦੀ ਹੈ ਜੇ ਸੋਚ ਹੈ ਹੀ ਨਹੀਂ ਬੰਦਾ ਕੀ ਕਰੇਗਾ ਸਾਰੇ ਕੰਮ ਗਲਤ ਕਰੇਗਾ ਜੇ ਪੜ੍ਹਦਾ ਨਹੀਂ ਉਹਦੇ ਅੰਦਰ ਥਿੰਕਿੰਗ ਡਿਵੈਲਪ ਹੋ ਜੇ ਥਿੰਕ ਨਹੀਂ ਕਰਦਾ ਸੋਚ ਨਹੀਂ ਆ ਉਹਦੇ ਅੰਦਰ ਤੀਜਾ ਕਰਮ ਹੈ ਜਿਹੜਾ ਉਹਦੇ ਅੰਦਰ ਫੀਲਿੰਗ ਨਹੀਂ ਹੋਣੀ ਮਹਿਸੂਸਨ ਸ਼ਕਤੀ ਨਹੀਂ ਹੋ ਗਈ ਹੁਣ ਦੇਖੋ ਜੇ ਆਪਾਂ ਸੋਚ ਨਹੀਂ ਸਕਦੇ ਤਾਂ ਆਪਾਂ ਫੀਲ ਨਹੀਂ ਕਰ ਸਕਦੇ ਹੁਣ ਦੇਖੋ ਜਿਹੜੇ ਜਿਹੜੇ ਸ਼ਹੀਦ ਹੋਏ ਨੇ ਜੇ ਆਪਣੇ ਅੰਦਰ ਸੋਚ ਸ਼ਕਤੀ ਨਹੀਂ ਗੁਰੂ ਸਾਹਿਬਾਂ ਨੇ ਸ਼ਹੀਦੀਆਂ ਦਿੱਤੀਆਂ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਦਿੱਤੀਆਂ ਸੰਤ ਜਰੈਲ ਸਿੰਘ ਵਰਗੇ ਮਹਾਂਪੁਰਖਾਂ ਨੇ ਇਹ ਡਬਲ ਕੁਰਬਾਨੀਆਂ ਦਿੱਤੀਆਂ
ਤੇ ਜੇ ਆਪਾਂ ਸੋਚ ਨਹੀਂ ਸਕਦੇ ਆਪਾਂ ਫੀਲ ਕਿਵੇਂ ਕਰਾਂਗੇ ਵੀ ਉਹਨਾਂ ਦਾ ਕੋਈ ਪਰਿਵਾਰ ਸੀ ਉਹ ਵੀ ਵਿਆਹ ਕਰਾ ਕੇ ਸੁਖੀ ਵਸਣਾ ਚਾਹੁੰਦੇ ਸੀ ਜਿਹੜੇ 18-18-20-20 ਸਾਲ ਦੇ ਸੀ ਜਦੋਂ ਕਿ ਚੱਕ ਕੇ ਘਰੋਂ ਟੁਕੜੇ ਟੁਕੜੇ ਕਰਕੇ ਵੱਢ ਸਿੱਟੇ ਜੇ ਮਹਿਸੂਸ ਕਰੀਏ ਵੀ ਉਂਗਲੀ ਆਪਣੀ ਵੱਢ ਦਿੱਤੀ ਜਾਵੇ ਕੀ ਕਿੰਨਾ ਕੁ ਲੱਗੇਗਾ ਜੇ ਮਹਿਸੂਸਣ ਸ਼ਕਤੀ ਉਹ ਨਹੀਂ ਸਾਡੇ ਅੰਦਰ ਕੀ ਸ਼ਹੀਦੀ ਦਾ ਸਮੂਹ ਪਾਵਾਂ ਜੇ ਤੱਤੀ ਕਵੀ ਵੱਧਦੀ ਹੈ ਤੱਤੀ ਕਵੀ ਦੇ ਉੱਤੇ ਆਪਾਂ ਮਹਿਸੂਸ ਨਹੀਂ ਕਰ ਸਕਦੇ ਵੀ ਤੱਤਾ ਉੱਤੇ ਜਾ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਬਹਿ ਗਏ ਜੇ ਤੱਤੀ ਕਵੀ ਨੂੰ ਹੱਥ ਲਾ ਕੇ ਅਸੀਂ ਮਹਿਸੂਸ ਨਹੀਂ ਕਰ ਸਕਦੇ ਤਾਂ ਤੁਹਾਨੂੰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਕੋਈ ਬੋਲ ਨਹੀਂ ਹੋਵੇ ਗੁਰੂ ਗੋਬਿੰਦ ਸਾਹਿਬ ਦੇ ਨਿੱਕੇ ਸਾਹਿਬਜ਼ਾਦੇ ਦੇ ਬਿਨਾਂ ਚੀਕਾਂ ਮਾਰੇ ਕ੍ਰਾਂਤੀ ਦੀਵਾਰ ਦੇ ਵਿੱਚ ਧਰਮ ਕਮਾ ਕੇ ਚਲੇ ਗਏ ਜੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਨਿੱਕੇ ਨਿੱਕੇ ਬੱਚੇ ਨੇ ਛੋਟੇ ਛੋਟੇ ਦੇਖੋ ਪੰਜ ਸੱਤ ਸਾਲ ਔਰ 9 ਸਾਲ ਦੇ ਨੂੰ ਥੱਪੜ ਮਾਰ ਕੇ ਜਿਹੜਾ ਕੰਮ ਮਰਜ਼ੀ ਕਰਾ ਦਿੰਦਾ ਜੇ ਅਗਰ ਮਹਿਸੂਸ ਨਹੀਂ ਕਰਾਂਗੇ ਤਾਂ ਅਸੀਂ ਕਿਵੇਂ ਉਹਨਾਂ ਸਾਹਿਬਜ਼ਾਦਿਆਂ ਦੀ ਜਿਹੜੀ ਹੈ ਸ਼ਹੀਦੀ ਦਾ ਬੋਝ ਪਾਵਾਂਗੇ ਸੋ ਇਹ ਬਹੁਤ ਕੌਮ ਦੇ ਵਿੱਚ ਸਾਡੀ ਵਿੱਚ ਘਾਟਾ ਪੈ ਗਿਆ ਤੁਸੀਂ ਦੇਖੋ ਤੁਹਾਡੇ ਸਾਹਮਣੇ ਮੈਂ ਹਰ ਰੋਜ਼ ਇਹ ਗੱਲਾਂ ਵਾਪਰਦੀਆਂ ਨੇ ਬਾੜ ਦੇ ਵਿੱਚ ਚਲੇ ਜਾਓ ਗੱਡੀਆਂ ਦੇ ਵਿੱਚ ਚਲੇ ਜਾਓ ਤੁਸੀਂ ਹੋਟਲ 'ਤੇ ਕੰਮ ਕਰਨ ਜਾਂਦੇ ਹੋ ਕਿਤੇ ਕਿਤੇ ਸੈਰ ਕਰਨ ਜਾਂਦੇ ਹੋ ਕਿਤੇ ਦੂਰ ਘੁੰਮਣ ਫਿਰਨ ਜਾਂਦੇ ਹੋ ਜਿੰਨੇ ਅਮੈਰੀਕਨ ਨੇ ਯੂਰਪੀਅਨ ਨੇ ਗੈਰ ਸਿੱਖ ਨੇ ਜਿੰਨੇ ਇਹਨਾਂ ਕੋਲ ਕਿਤਾਬਾਂ ਹੋਣਗੀਆਂ ਗ੍ਰੰਥ ਹੋਣਗੇ ਕੰਪਿਊਟਰ ਹੋਣਗੀਆਂ ਜੇ ਕੋਈ ਚੱਜ ਦੀ ਗੱਲ ਕਰਦਾ ਇਹ ਗੱਲ ਕਰ ਲੈਣਗੇ ਜੇ ਕੋਈ ਬਕਵਾਸ ਕਰਨ ਵਾਲਾ ਇਹ ਪਰ ਕਰ ਲੈਂਦੇ ਸਾਡੇ ਕੋਲ ਟੈਲੀਆਂ ਜਾਂ ਖਰੀਦ ਦੀਆਂ ਗੱਲਾਂ ਨਾਲ ਆਪਾਂ ਜਦੋਂ ਜਾਂਦੇ ਹਾਂ ਤਾਂ ਨਾਲ ਸਾਰੇ ਰਿਸ਼ਤੇਦਾਰੀਆਂ ਕੱਢਣ ਦੀ ਕੌਮ ਕੀ ਲੱਗਦਾ ਸਾਰੀਆਂ ਰਿਸ਼ਤੇਦਾਰੀਆਂ ਤੁਰੇ ਜਾਂਦੀ ਸਾਰਿਆਂ ਨਾਲ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਫਲਾਣਾ ਪਿੰਡ ਕਿਤੇ ਸੀ ਢੇਂਕਾ ਪਿੰਡ ਕਿਤੇ ਜਿਹਦਾ ਸਾਨੂੰ ਕੋਈ ਫਾਇਦਾ ਨਹੀਂ ਜੇ ਤੁਸੀਂ ਤੁਰਦੇ ਜਾਂਦੇ ਰਹੋ ਤੁਹਾਡੇ ਕੋਲ ਗ੍ਰੰਥ ਹੋਵੇ ਭਾਈ ਗੁਰਦਾਸ ਦੀਆਂ ਵਾਰਾਂ ਹੋਣ ਕੋਈ ਤੁਸੀਂ ਗ੍ਰੰਥ ਚੱਕਦਾ ਪੜ੍ਹਦੇ ਜਾਵੋ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਉਸ ਸਫ਼ਰ ਦੇ ਵਿੱਚ ਤੁਸੀਂ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਬੈਠੇ ਉਹਦੀ ਸੰਗਤ ਕਰਦੇ ਜਾਂਦੇ ਹੋ ਕਿੰਨਾ ਗਿਆਨ ਉਹਨਾਂ ਤੁਹਾਨੂੰ ਦੇ ਦੇਣਾ ਸਾਰੀ ਜ਼ਿੰਦਗੀ ਹੀ ਬਦਲ ਦੇਣੀ ਹੈ ਤੁਹਾਡੀ ਇਹ ਹੈ ਪੜ੍ਹਨ ਦਾ ਫਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਾਵੋ ਸੁਣੋ ਪੜ੍ਹੋ ਤੁਮ ਭਾਈ ਗੁਰਪੂਰੈ ਤੁਮ ਰਾਖਿਆ ਬਾਣੀ ਦਾ ਕੀਰਤਨ ਕਰ ਬਾਣੀ ਨੂੰ ਪੜ੍ਹ ਬਾਣੀ ਨੂੰ ਸੁਣ ਤੇ ਗੁਰੂ ਤੇਰੀ ਰੱਖਿਆ ਤਾਂ ਕਰੇ ਜੇ ਇਹ ਗੱਲਾਂ ਨਹੀਂ ਕਰ ਸਕਦੇ ਅਸੀਂ ਗੁਰਦੁਆਰੇ 'ਚ ਅਸੀਂ ਝਗੜੇ ਨਹੀਂ ਕਰਨ ਦਾ ਹਰ ਨੌਜਵਾਨ ਜਿਹੜਾ ਮੈਂ ਇਹ ਨਹੀਂ ਕਹਿੰਦਾ ਵੀ ਹੋਇਆ ਮੁੱਖ ਛੱਡ ਹਰ ਨੌਜਵਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਾਣੀ ਦਾ ਇਹ ਵਚਨ ਜ਼ਰੂਰ ਯਾਦ ਕਰਿਆ ਕਰੋ ਰਾਤ ਨੂੰ ਸੌਣ ਲੱਗੇ ਮਨ ਸਮਝਾਵਣ ਕਾਰਨ ਕਛੂ ਪੜ੍ਹੀ ਹੈਗਿਆ ਆਪਣੇ ਮਨ ਨੂੰ ਚਾਨਣ ਦੇਣ ਦੇ ਲਈ ਹਰ ਮਨੁੱਖ ਨੂੰ ਗਿਆਨ ਗੁਰੂ ਦਾ ਪੜ੍ਹਨਾ ਚਾਹੀਦਾ ਜੇ ਨਹੀਂ ਪੜ੍ਹਦੇ ਤੁਹਾਡੀ ਥਿੰਕਿੰਗ ਡਿਵੈਲਪ ਨਹੀਂ ਹੋ ਮਾਇੰਡ ਡਿਵੈਲਪ ਨਹੀਂ ਹੋ ਆਈਨਸਟਾਈਨ ਵਰਗੇ ਏਡੇ ਵੱਡੇ ਜੀਨੀਅਸ ਦੁਨੀਆ ਦੇ ਵਿੱਚ ਹੋਏ 10% ਮਨ ਵਰਤੇ ਸਿਰਫ 10% ਮਨ ਵਰਤੇ ਬਾਕੀ ਜਿਹੜਾ 90% ਉਹ ਅਨਯੂਟੀਲਾਈਜ਼ਡ ਹੈ ਏਡੇ ਵੱਡੇ ਜੀਨੀਅਸ ਦਾ ਮਨ 10% 15% ਲਾਭ ਤੇ ਮਹਾਰਾਜ ਕਹਿੰਦੇ ਸਿਮਰ 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 ਗੁਰ ਆਪਣਾ ਸੋਇਆ ਮਰ ਜਾਂਦਾ ਹੈ ਜਿਹੜਾ ਅਨਯੂਟੀਲਾਈਜ਼ਡ ਮਾਇੰਡ ਹੈ ਜਿਹੜਾ ਸੁੱਤਾ ਮਨ ਹੈ ਸਿਮਰਨ ਉਹਨੂੰ ਜਗਾ ਸਕਦਾ ਹੈ ਜਿੰਨਾ ਕੋਈ ਸਿਮਰਨ ਕਰੇਗਾ ਜਿੰਨਾ ਬਾਣੀ ਦਾ ਜਪ ਕਰੇਗਾ ਉਹਨਾਂ ਦਾ ਸੁੱਤਾ ਮਨ ਜਾਗੇਗਾ ਦੇਖੋ ਕਹਿੰਦੇ ਆ ਕਿਹੋ ਜਿਹਾ ਦੱਸਦੇ ਨੇ ਜਿਹੜੇ ਕਹਿੰਦੇ ਨੇ ਵੀ ਪਾਠ ਕਰਨ ਨਾਲ ਕੀ ਮਿਲਦਾ ਮਹਾਰਾਜ ਕਹਿੰਦੇ ਨੇ ਸੁਖ ਅਰਾਧਨ ਦੁੱਖ ਅਰਾਧਨ ਬਿਨ ਸਰ ਕਾਮੂ ਮੇਰਾ ਨਾਮ ਜਪ ਕੋਟ ਸੂਰ ਉਜਾਰਾ ਬਿਨ ਸਰ ਧਰਮ ਅਧੇਰਾ ਸੁੱਖ ਦੇ ਵਿੱਚ ਵਾਹਿਗੁਰੂ ਨੂੰ ਧਿਆਨ ਧਰ ਦੁੱਖ ਦੇ ਵਿੱਚ ਵਾਹਿਗੁਰੂ ਨੂੰ ਯਾਦ ਕਰ ਵਿਸਰਾ ਨਾ ਕਾਹੂ ਮੇਰਾ ਤੈਨੂੰ ਕਾਹੂ ਇੱਕ ਸਕਿੰਟ ਖਾਤਰ ਵੀ ਵਾਹਿਗੁਰੂ ਨਾ ਭੁੱਲੇ ਨਾਮ ਜਪ ਜਿਹੜਾ ਕਹਿੰਦਾ ਵੀ ਨਾਮ ਜਪਣ ਦਾ ਕੀ ਫਾਇਦਾ ਰੋਜ਼ ਜਪਜੀ ਸਾਹਿਬ ਦਾ 100 ਪਾਠ ਕਰ ਲਿਆ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਕੀ ਫਾਇਦਾ ਗੁਰੂ ਅਰਜਨ ਦੇਵ ਮਹਾਰਾਜ ਦਾ ਵਚਨ ਯਾਦ ਰੱਖਿਓ ਨਾਮ ਜਪ ਜਪਣਾ ਹੁੰਦਾ ਰਸਨਾ ਦੇ ਨਾਲ ਰਸਨਾ ਦੇ ਨਾਲ ਜਪ ਜਿਹੜਾ ਪਾਠ ਕਰਦੇ ਇਹਨੂੰ ਜਪਣਾ ਕਹਿੰਦੇ ਨੇ ਇਹਦਾ ਜਪਣ ਦਾ ਕੀ ਫਾਇਦਾ ਨਾਮ ਜਪ ਕੋਟ ਸੂਰ ਉਜਾਰਾ ਜਿੰਨਾ ਕਰੋੜਾਂ ਸੂਰਜਾਂ ਦਾ ਇੱਕ ਸੂਰਜ ਦਾ ਕਿੰਨਾ ਚਾਨਣ ਹੁੰਦਾ ਇਹੋ ਜਿਹਾ ਕਰੋੜ ਸੂਰਜ ਨਿਕਲ ਆਵੇ ਇੰਨਾ ਚਾਨਣ ਨਾਮ ਜਪਣ ਵਾਲੇ ਦੇ ਮਨ ਦੇ ਅੰਦਰ ਹੁੰਦਾ ਨਾਮ ਜਪ ਕੋਟ ਸੂਰ ਉਜਾਰਾ ਬਿਨ ਸਹਿ ਭਰਮ ਅੰਧੇਰਾ ਉਹਦੇ ਮਨ ਦੇ ਵਿੱਚੋਂ ਭਰਮ ਦਾ ਅੰਧੇਰਾ ਦੂਰ ਹੋ ਜਾਵੇ ਉਹਨੂੰ ਕੋਈ ਚੀਜ਼ ਭਰਮਾ ਨਹੀਂ ਸਕੇ ਸੋ ਜਿਹਨੇ ਜਾਗਣਾ ਹੈ ਜਿਹਨੇ ਬਹੁਤਾ ਬਲੀ ਬਣਨਾ ਹੈ ਮਾਨਸਿਕ ਤੌਰ 'ਤੇ ਅੱਜ ਦਾ ਸਮਾਂ ਤਲਵਾਰਾਂ ਦਾ ਸਮਾਂ ਨਹੀਂ
ਅਜਿਹਾ ਸਮਾਂ ਹੈ ਜਿਹੜਾ ਮਨੁੱਖਾਂ ਦਾ ਸਮਾਂ ਨਹੀਂ, ਅਜਿਹਾ ਸਮਾਂ ਜਿਹੜਾ ਹੈ ਟੈਕਨੋਲੋਜੀ ਦਾ ਸਮਾਂ ਹੈ, ਬੌਧਿਕ ਦਲੀਲਾਂ ਦਾ, ਮਨ ਦੀ ਤਾਕਤ ਦਾ ਸਮਾਂ। ਜਿੰਨਾ ਕੋਈ ਮਨ ਕਰਕੇ ਬਲਵਾਨ ਹੋ ਜੂ ਉਹਨਾਂ ਦੁਨੀਆਂ ਦੇ ਵਿੱਚ ਜਿੱਤੇ। ਸੋ ਮਨ ਨੂੰ ਬਲਵਾਨ ਕਰਨ ਦੇ ਲਈ ਸਭ ਤੋਂ ਉੱਤਮ ਟੂਲ ਸਾਡੇ ਕੋਲ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਦੇ ਵਚਨ ਹਨ, ਗੁਰੂ ਦਾ ਸ਼ਬਦ ਹੈ। ਸੋ ਜਿਹੜੇ ਨੌਜਵਾਨ ਬੈਠੇ ਨੇ ਖਾਸ ਕਰਕੇ ਉਹਨਾਂ ਦੇ ਚਰਨਾਂ ਵਿੱਚ ਜ਼ਰੂਰ ਬੇਨਤੀ ਕਰੂੰ ਵੀ ਉਹ ਜਿੰਨਾ ਜਵਾਨੀ ਦੇ ਵਿੱਚ ਕੋਈ ਬੰਦਾ ਆਪਣੇ ਆਪ 'ਤੇ ਕਾਬੂ ਕਰ ਸਕਦਾ ਹੈ, ਉਹਨਾਂ ਬੁਢਾਪੇ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਬਾਣੀ ਪੜ੍ਹਨ ਦਾ। ਨੌਜਵਾਨ ਬੱਚਾ ਜਿਹੜਾ ਉਹ ਘੱਟੋ ਘੱਟ ਘੰਟਾ, ਡੇਢ ਘੰਟਾ, ਢਾਈ ਘੰਟੇ, ਮਹਾਰਾਜ ਨੇ ਦਸਵੰਦ ਕਿਹਾ, ਢਾਈ ਘੰਟੇ ਰੋਜ਼ ਗੁਰਬਾਣੀ ਦੀ ਵਿਚਾਰ, ਇਤਿਹਾਸ ਦੀ ਵਿਚਾਰ ਕਰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਜਾਪ ਸਾਹਿਬ ਉਚਾਰਨ ਕੀਤਾ, ਇਹ ਟੀਨੇਜ ਉਮਰ ਦੇ ਵਿੱਚ ਉਚਾਰਨ ਕੀਤਾ। ਜਿੰਨੇ ਟੀਨੇਜਰ ਨੇ ਨਾ, ਜੇ ਜਾਪ ਸਾਹਿਬ ਦਾ ਪਾਠ ਕਰ ਲੈਣਾ, ਕੰਪਿਊਟਰ ਕੰਪਿਊਟਰ ਸਭ ਛੱਡ ਲੈਣ, ਇੰਨਾ ਉਹਨਾਂ ਦੇ ਵਿੱਚ ਰਸ ਹੈ, ਇੰਨਾ ਜਾਪ ਸਾਹਿਬ ਦੀ ਬਾਣੀ ਦੇ ਅੰਦਰ ਰਸ ਹੈ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ ਉਹਨਾਂ ਦੇ ਕਾਬੂ ਨਹੀਂ ਪਾ ਸਕਦਾ ਜਿਹੜਾ ਜਾਪ ਸਾਹਿਬ ਦਾ ਰੋਜ਼ ਪਾਠ ਕਰੇ। ਮਹਾਰਾਜ ਨੇ ਆਪ 18-19 ਸਾਲ ਦੀ ਉਮਰ ਦੇ ਵਿੱਚ ਇਹ ਬਾਣੀ ਉਚਾਰ ਦਿੱਤੀ ਸੀ। ਮਹਾਰਾਜ ਨੇ ਕਿੰਨਾ ਬਲ ਦਿਖਾਇਆ, ਕਿੰਨੇ ਬਲੀ ਹਨ, ਸਾਰੀਆਂ ਭਾਸ਼ਾ ਦੇ ਵਿਦਵਾਨ, ਸਭ ਤੋਂ ਵੱਡੇ ਜਰਨੈਲ ਅਤੇ ਸਭ ਤੋਂ ਵੱਡੇ ਸਤਿਗੁਰੂ ਧਰਤੀ ਦੇ ਵਿੱਚ, ਸਭ ਤੋਂ ਵੱਡੇ ਦਾਨੀ, ਮਹਾਬਲੀ, ਮਹਾਂਪ੍ਰਤਾਪੀ, ਮਹਾਂਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ। ਸੋ ਜਿਹੜਾ ਕੋਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਾਪ ਸਾਹਿਬ ਦੀ ਬਾਣੀ ਦਾ ਪਾਠ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦਾ ਹੈ, ਸਾਧ ਸੰਗਤ ਦੀ ਜ਼ਿੰਦਗੀ ਝਗੜਾ ਕਰਿਆ, ਇਹੋ ਜਿਹਾ ਪੁਰਖ ਜਿਸ ਸਾਧ ਸੰਗਤ ਵਿੱਚ ਜਾਵੇ ਉੱਥੇ ਵੀ ਝਗੜਾ ਹੋ ਗਿਆ। ਇਸ ਕਰਕੇ ਤੁਹਾਨੂੰ ਜਾਗਣਾ ਚਾਹੀਦਾ, ਆਪਾਂ ਨੂੰ ਜਿਸ ਸਥਾਨ ਤੋਂ ਅੰਮ੍ਰਿਤ ਮਿਲਦਾ ਹੈ ਉਸ ਸਥਾਨ ਦੀ ਹਰ ਤਰੀਕੇ ਨਾਲ, ਹਰ ਜੀਵੇ ਨਾਲ ਰਾਸੀ ਕਰਨੀ ਚਾਹੀਦੀ। ਐਸਾ ਅੰਸਰ ਜਿਹੜਾ ਖਲੜ ਪਾਉਣ ਦੀ ਕੋਸ਼ਿਸ਼ ਕਰੇ, ਜਿਹੜਾ ਝੂਠੇ ਉੱਤੇ ਖੜਾ ਹੋਵੇ, ਉਹਨੂੰ ਪਰੇ ਸਾਨੂੰ ਬੋਲਣਾ ਚਾਹੀਦਾ। ਸਾਡਾ ਆਸਰਾ ਲੈਣਾ ਚਾਹੀਦਾ, ਬਾਣੀ ਦਾ ਆਸਰਾ ਲੈਣਾ ਚਾਹੀਦਾ ਹੈ। ਆਪ ਸੁਖੀ ਹੋਵਾਂਗੇ, ਸਾਰੀ ਸੰਗਤ ਸੁਖੀ ਹੋਵੇ। ਮਾੜਾ ਕੋਈ ਵੀ ਨਹੀਂ ਹੁੰਦਾ, ਸਾਰੇ ਚੰਗੇ ਹੁੰਦੇ ਨੇ, ਪਰ ਹਾਲਤ ਹਨ ਜਿਹੜੇ ਹਾਲਤ ਖੁਦਗਰਦੀ ਪੈਦਾ ਕਰ ਦਿੰਦੇ ਨੇ, ਇਸ ਖੁਦਗਰਦੀ ਕੋਸ਼ਿਸ਼ ਕਰਦਾ। ਸੋ ਸਤਿਗੁਰੂ ਮੇਰਾ ਕਰ ਇਸ ਸਥਾਨ ਨੂੰ ਸਦਾ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ। ਜਿਹੜੇ ਨੌਜਵਾਨ ਖਾਸ ਕਰਕੇ ਤੁਹਾਨੂੰ ਭਾਈ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ, ਗੁਰਦੁਆਰੇ ਆਇਆ ਕਰੋ, ਆ ਕੇ ਬਾਣੀ ਦਾ ਪਾਠ ਸਿੱਖਿਆ ਕਰੋ। ਬੜੇ ਪੜ੍ਹੇ ਲਿਖੇ ਗੁਰਦੁਆਰਾ ਆਪਣੇ ਕੋਲ ਸਿੱਧਾ ਜਿਹੜੇ ਬਾਣੀ ਦਾ ਕੀਰਤਨ ਕਰਦੇ ਹਨ, ਕੋਈ ਵੀ ਸਵਾਲ ਨੂੰ ਤੁਹਾਡਾ ਤੁਸੀਂ ਆਪ ਪੁੱਛ ਸਕਦੇ ਹੋ। ਸੰਥਿਆ ਲਿਓ, ਬਾਣੀ ਦਾ ਪਾਠ ਕਰੋ, ਬਾਣੀ ਦੇ ਨਾਲ ਜੁੜੋ। ਇੱਕੋ ਇੱਕ ਇਹ ਸਾਧਨ ਹੈ ਧਰਤੀ ਦੇ ਉੱਤੇ ਜਿਹੜਾ ਵਿਕਾਰਾਂ ਤੋਂ, ਪਾਪਾਂ ਤੋਂ ਬਚਾ ਸਕਦਾ। ਕੋਈ ਵੀ ਦੁਨੀਆਂ ਦੇ ਵਿੱਚ ਇਹੋ ਜਿਹਾ ਸਥਾਨ ਨਹੀਂ ਜਿਹੜਾ ਤੁਹਾਨੂੰ ਬਾਜਾ ਮਾਰ ਕੇ ਕਹੇ। ਆ ਜਿਹੜਾ ਫੜਲਾ ਹੈ, ਜਿਹੜਾ ਸੰਤ ਜਰਨੈਲ ਸਿੰਘ ਕਹਿੰਦੇ ਹੁੰਦੇ ਸੀ, ਮੈਂ ਆਪ ਖੁਦ ਉਹਨਾਂ ਦੇ ਕੋਲ ਬੈਠ ਕੇ ਸੁਣੀ ਆ ਗੱਲ, ਵੀ ਜਿਹੜਾ ਫੜਲਾ ਹੈ ਨਾ ਨਿਸ਼ਾਨ ਸਾਹਿਬ ਦਾ, ਇਹ ਤੁਹਾਨੂੰ ਹਿਲ ਹਿਲ ਕੇ ਹੱਥ ਮਾਰ ਮਾਰ ਕੇ ਆਵਾਜ਼ਾਂ ਮਾਰਦਾ ਵੀ ਆਓ ਇਸ ਸਥਾਨ 'ਤੇ, ਇੱਥੇ ਤੁਹਾਨੂੰ ਕੀਰਤਨ ਮਿਲੇਗਾ, ਇੱਥੇ ਤੁਹਾਡੀ ਰਾਖੀ ਹੋਵੇਗੀ, ਇੱਥੇ ਤੁਹਾਡੀ ਸਿਹਤ ਦਾ ਧਿਆਨ ਰੱਖਿਆ ਜਾਵੇਗਾ, ਮਨ ਦਾ ਧਿਆਨ ਰੱਖਿਆ ਜਾਵੇਗਾ, ਤਨ ਦਾ ਧਿਆਨ ਰੱਖਿਆ ਜਾਵੇਗਾ। ਦੁਨੀਆਂ ਦੇ ਕੋਈ ਬਾਜ਼ਾਰ ਦੇ ਵਿੱਚ, ਕੋਈ ਸਟੋਰ ਦੇ ਵਿੱਚ ਤੁਹਾਨੂੰ ਇਹ ਸਾਧਨ ਨਹੀਂ ਮਿਲੇਗਾ ਵੀ ਆਪ ਤੁਹਾਡਾ ਅਸੀਂ ਕਿਸੇ ਤਰੀਕੇ ਨਾਲ ਬਾਜ਼ਾਰ ਕਰੀਏ। ਤੁਹਾਨੂੰ ਲੁੱਟਣ ਖਾਤਰ, ਤੁਹਾਡੀਆਂ ਜੇਬਾਂ ਖਾਲੀ ਕਰਨ ਖਾਤਰ ਬਾਹਰ ਬਾਜ਼ਾਰ, ਇਹ ਇੱਕੋ ਸਥਾਨ ਹੈ ਜਿੱਥੇ ਤੁਹਾਡੀ ਰਾਖੀ ਹੁੰਦੀ, ਜਿੱਥੇ ਸਾਨੂੰ ਸਤਿਗੁਰੂ ਸਾਰੇ ਦਾਨ ਦਿੰਦੇ। ਸੋ ਜਿੰਨਾ ਅਸੀਂ ਸਤਿਕਾਰ ਕਰਾਂਗੇ, ਜਿਹਦੇ ਨਾਲ ਸਤਿਗੁਰ ਪੂਜਿਆ ਤਿੰਨ ਹਰ ਗੁਰੂ ਕਰਾ, ਜਿੰਨਾ ਕੋਈ ਸਿੱਖ ਗੁਰੂ ਦਾ ਸਤਿਕਾਰ ਕਰੇਗਾ, ਉਹਨਾਂ ਸਤਿਕਾਰ ਧਰਤੀ ਦੇ ਉੱਤੇ ਉਸ ਸਿੱਖ ਦਾ ਸਤਿਗੁਰੂ ਕਰਵਾਉਂਦਾ। ਸੋ ਭੁੱਲਾਂ ਗਲਤੀਆਂ ਲਿਖਵਾਂ ਠੀਕ, ਇਹ ਠੀਕ ਹੈ, ਮੇਰੇ ਤੋਂ ਪੌੜੀਆਂ ਗੱਲਾਂ ਨਿਕਲ ਜਾਂਦੀਆਂ ਹਨ, ਪਰ ਲਾ ਕੇ ਕਿਸੇ ਨੂੰ ਮੈਂ ਕਹਿੰਦਾ, ਕਿਉਂਕਿ ਜਿਹੜੀ ਗੱਲ ਕਹਿਣੀ ਹੁੰਦੀ ਹੈ ਇਸ ਸਟੇਜ ਦੇ ਉੱਤੇ, ਆਪ ਜੀ ਸਮਾਂ ਦਿੰਦੇ ਹੋ, ਮਾਣ ਸਤਿਕਾਰ ਦਿੰਦੇ ਹੋ, ਗੁਰੂ ਕੇ ਦਰ ਦੇ ਵਿੱਚ ਅਸੀਂ ਵੀ ਲੇਖਾ ਦੇਣਾ ਹੈ। ਸੋ ਜੇ ਅਸੀਂ ਇੰਨੀ ਕੁ ਜ਼ਿੰਮੇਵਾਰੀ ਨਾ ਨਿਭਾਈਏ ਤਾਂ ਅਸੀਂ ਵੀ ਗੁਰੂ ਕੇ ਦੇਣਦਾਰ ਹੋਵਾਂ। ਜਿਹੜੀਆਂ ਗੱਲਾਂ ਆਪ ਨੂੰ ਕਹਿ ਜਾਂਦੇ ਹਨ, ਮੇਰੀ ਦੋਵੇਂ ਹੱਥ ਜੋੜ ਕੇ ਆਪ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ, ਅਰਦਾਸ ਕਰਦਾ ਕਿ ਮੈਨੂੰ ਵੀ ਇਹੋ ਜਿਹਾ ਜੀਵਨ, ਜਿਹੋ ਜਿਹਾ ਤੁਹਾਡਾ ਉੱਚਾ ਸੁੱਚਾ ਜੀਵਨ ਹੈ, ਮੈਨੂੰ ਇਹ ਪ੍ਰਾਪਤ ਉਹਨਾਂ ਕਰਦੇ ਨੇ। ਸੇਵਾ ਕਰਦੇ ਜੀ, ਸਾਰੇ ਲਾ ਕੇ ਆਓ, ਸਾਰੇ ਹਾਜ਼ਰੀ ਲਵਾਈ ਗੁਰੂ ਚਰਨਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।